ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ। ਅੱਜ ਦਿਨ ਹੈ ਜੀ ਬੁੱਧਵਾਰ ਅਤੇ ਤਰੀਕ ਹੈ 4 ਦਸੰਬਰ। ਬਠਿੰਡਾ ਸਟੂਡੀਓ ਦੀਆਂ ਇਸ ਵਕਤ ਘੜੀਆਂ ਦੱਸ ਰਹੀਆਂ ਨੇ ਜੀ ਸ਼ਾਮ ਦਾ ਸਮਾਂ 6:30। ਸੋ ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਇਸ ਸਮੇਂ ਦੇ ਉੱਤੇ ਤੁਸੀਂ ਲਾਈਵ ਸੁਣ ਸਕਦੇ ਹੋ ਰੇਡੀਓ ਪੰਜਾਬ ਟੂਡੇ ਦੀ ਐਪ ਦੇ ਉੱਤੇ www.radiopanjabtoday.com ਦੇ ਉੱਤੇ। ਇਸ ਤੋਂ ਇਲਾਵਾ ਤੁਸੀਂ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਦੇ ਉੱਤੇ ਵੀ ਇਸ ਪ੍ਰੋਗਰਾਮ ਨੂੰ ਸੁਣਦੇ ਹੋ। ਸੋ ਜਿਹੜੇ ਵੀਰ ਇਸ ਵਕਤ ਸਾਡੇ ਨਾਲ ਲਾਈਵ ਜੁੜੇ ਨੇ, ਅੱਜ ਆਪਣੇ ਵਿਚਾਰ ਜਿਹੜੇ ਨੇ 9914-10-666 ਇਸ ਨੰਬਰ ਦੇ ਉੱਤੇ ਦੇ ਸਕਦੇ ਨੇ। ਬੜਾ ਅਹਿਮ ਘਟਨਾਕ੍ਰਮ ਹੋਇਆ, ਉਸ ਦੇ ਉੱਤੇ ਵਿਚਾਰ ਪੂਰਵਕ ਚਰਚਾ ਕਰਾਂਗੇ ਅਤੇ ਮੇਰੇ ਨਾਲ ਜੁੜਨਗੇ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ। ਸੋ ਇਸ ਸਾਰੇ ਮਾਮਲੇ ਦੇ ਉੱਤੇ ਪੂਰੇ ਵਿਸਥਾਰਪੂਰਵਕ ਤੁਸੀਂ ਇਸ ਘਟਨਾਕ੍ਰਮ ਦੇ ਉੱਤੇ ਵਾਰਤਾਲਾਪ ਕਰ ਸਕਦੇ ਹੋ 9216410666 'ਤੇ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪੁੱਜਦਾ ਕੀਤਾ ਜੀ ਕੋਆਪ ਟਰੱਕ ਐਂਡ ਹੈਵੀ ਇਕੁਪਮੈਂਟ ਰਿਪੇਅਰ ਵੱਲੋਂ। ਦੋ ਲੋਕੇਸ਼ਨਾਂ ਨੇ ਜੀ, 36 ਪਾਇਨੀਅਰ ਡਰਾਈਵ ਐਰਨ ਐਂਟੇਰੀਓ ਅਤੇ ਦੂਜੀ ਹੈ ਜੀ 7405 ਕਿੰਬਲ ਸਟਰੀਟ ਮਿਸੀਸਾਗਾ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ ਹੈ 9056713647। ਕਿਸੇ ਤਰ੍ਹਾਂ ਦੇ ਅਕਾਊਂਟਸ ਦੇ ਵਿੱਚ ਤੁਹਾਨੂੰ ਪ੍ਰੋਬਲਮ ਆ ਰਹੀ ਹੈ, ਤੁਸੀਂ ਭਰਨ ਦੇ ਵਿੱਚ ਤੁਹਾਨੂੰ ਸਮਝ ਨਹੀਂ ਆ ਰਹੀ, ਜਾਂ ਫਿਰ ਟੈਕਸ ਭਰਦੇ ਸਮੇਂ ਕੋਈ ਗਲਤੀ ਨਾ ਹੋ ਜੇ, ਤਾਂ ਤੁਸੀਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਹਲ ਅਤੇ ਲੋਕਪਾਲ ਸਿੰਘ ਸੋਹਲ ਹੋਰਾਂ ਨਾਲ ਪੰਜਾਬੀ ਦੇ ਵਿੱਚ ਕੈਂਟ ਵਾਸ਼ਿੰਗਟਨ ਦੇ ਸਮੇਂ ਦੇ ਮੁਤਾਬਕ ਮੰਡੇ ਟੂ ਫਰਾਈਡੇ 253-520-8886 'ਤੇ ਕਾਲ ਕਰਕੇ ਅਪੁਆਇੰਟਮੈਂਟ ਬਣਾ ਸਕਦੇ ਹੋ। ਵਾਸ਼ਿੰਗਟਨ ਫਰੇਟ ਸਰਵਿਸ ਟਰੱਕਰ ਵੀਰਾਂ ਨੂੰ ਲੋਕਲ ਏਰੀਆ ਜੋਬ ਪ੍ਰੋਵਾਈਡ ਕਰਦੀ ਹੈ। ਲੌਂਗ ਹਾਲ ਨਹੀਂ ਜਾਣਾ ਚਾਹੁੰਦੇ, ਬੱਚਿਆਂ ਨਾਲ ਵੱਧ ਸਮਾਂ ਬਤੀਤ ਕਰਨਾ ਚਾਹੁੰਦੇ ਹੋ ਅਤੇ ਇਨਕਮ ਵੀ ਅੱਛੀ ਚਾਹੀਦੀ ਹੈ, ਤਾਂ 253-266-924 'ਤੇ ਜਗਦੇਵ ਸੰਧੂ ਹੋਰਾਂ ਨੂੰ ਜਾਂ ਗੁਰਵਿੰਦਰ ਧਾਲੀਵਾਲ ਹੋਰਾਂ ਦੇ ਨਾਲ 206-354-4060 'ਤੇ ਕਾਲ ਕਰ ਸਕਦੇ ਹੋ। ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਦੇ ਲਈ ਤੁਸੀਂ ਸਾਡੇ ਨਾਲ ਰਾਬਤਾ ਪਾ ਸਕਦੇ ਹੋ 9780141741 'ਤੇ। ਮੇਰੇ ਨਾਲ ਨੇ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ, ਸੁਖਬੀਰ ਸਿੰਘ ਬਾਦਲ ਨੂੰ ਜਦੋਂ ਤੋਂ ਤਨਖਾਹ ਲਾਈ ਗਈ ਹੈ, ਸੋਸ਼ਲ ਮੀਡੀਆ ਦੇ ਉੱਤੇ ਇੱਕ ਅਜਿਹੇ ਨੇ ਬੰਦੇ ਨੇ ਕੁਛ ਕਰ ਰਹੇ ਜੀ, ਫਾਹੇ ਲਾ ਦਿਓ ਜੀ, ਆਹ ਕਰ ਦਿਓ ਜੀ। ਤਾਲਿਬਾਨਾ ਤਰੀਕੇ ਦੇ ਨਾਲ ਉਹਨਾਂ ਨੂੰ ਸਜ਼ਾ ਦੀ ਮੰਗ ਕੀਤੀ ਗਈ ਸੀ, ਪਰ ਸਾਡੀਆਂ ਸਿੱਖ ਪਰੰਪਰਾਵਾਂ ਨੇ ਜਿੱਥੇ ਅਕਾਲ ਤਖ਼ਤ ਸਾਹਿਬ ਨੇ ਜੋ ਹੁਕਮ ਦਿੱਤਾ ਉਸ ਤੋਂ ਉੱਪਰ ਤਾਂ ਸਾਡੇ ਲਈ ਹੁਕਮ ਕੋਈ ਨਹੀਂ। ਪਰ ਜਿਹੜਾ ਅੱਜ ਘਟਨਾਕ੍ਰਮ ਹੋਇਆ ਇਸ ਦੇ ਉੱਤੇ ਬੜਾ ਇੱਕ ਚਿੰਤਾ ਦਾ ਵਿਸ਼ਾ ਹੈ, ਇਹਦਾ ਕੱਚ ਸੱਚ ਕੀ ਹੈ? ਜਿਹੜੀਆਂ ਤੁਹਾਡੇ ਸਾਰੀਆਂ ਗੱਲਾਂ ਆ ਰਹੀਆਂ ਕਿ ਤੁਹਾਡੇ, ਮੈਂ ਸੁਣ ਰਿਹਾ ਸੀ ਕਮਿਸ਼ਨਰ ਸਾਹਿਬ ਦੀ ਉਹ ਬਾਈਟ, ਉਹ ਕਹਿੰਦੇ ਸੀ ਹਰ ਪਹਿਲੂ 'ਤੇ ਜਾਂਚ ਕਰਾਂਗੇ। ਡਾਨੇ ਵਾਲੇ ਸਭ, ਪਹਿਲੀ ਗੱਲ ਤੇ ਜਿਹੜੇ ਕਹਿੰਦੇ ਫਾਹੇ ਲਾ ਦਿਓ, ਇਹ ਜਿਹੜੀ ਆ ਨਾ ਤੇ ਅਦਾਲਤ ਆ ਤੇ ਨਾ ਇਹ ਥਾਣਾ ਵਾ ਜੀ, ਇਹ ਗੁਰੂ ਦਾ ਬਖਸ਼ਿੰਦ ਤਖ਼ਤ ਆ ਜੀ। ਉਹ ਤਖ਼ਤ ਜਿਹਦੀ ਵੀ ਸ਼ਰਨ ਚ ਕੋਈ ਆਇਆ ਵਾ ਉਹਨੂੰ ਇੱਥੋਂ ਢੋਈ ਮਿਲੀ ਆ, ਉਹਨੂੰ ਆਸਰਾ ਮਿਲਿਆ ਵਾ, ਉਹਨੂੰ ਉੱਥੋਂ ਦਾ ਹੱਕ ਮਿਲਿਆ ਜੀ। ਇਸ ਕਰਕੇ ਜਿਹੜੇ ਨੇ ਇਹ ਗੱਲ ਕਹਿੰਦੇ ਫਾਹੇ ਲਾ ਦਿਓ, ਉਹਨਾਂ ਲੋਕਾਂ ਨੂੰ ਇੱਥੋਂ ਦੀ ਜਿਹੜੀ ਸ਼ਾਇਦ ਮਰਿਆਦਾ ਤੇ ਸਿਧਾਂਤ ਦੀ ਬਿਲਕੁਲ ਜਾਣਕਾਰੀ ਨਹੀਂ ਜੀ। ਇਥੋਂ ਦਾ ਸਿਧਾਂਤ ਤੇ ਮਰਿਆਦਾ ਇਹ ਦੱਸਦਾ ਵੀ ਜਿਹੜਾ ਵੀ ਤੁਹਾਡੇ ਕੋਲ ਆ ਗਿਆ, ਜਿਹਨੇ ਵੀ ਗੁਨਾਹ ਕੀਤਾ, ਇੱਥੇ ਦੋ ਪ੍ਰਕਾਰ ਦੇ ਲੋਕ ਆਏ ਨੇ, ਇੱਕ ਤੇਗ ਵਾਲੇ ਆਏ ਆਏ ਆ ਤੇ ਉਹਨਾਂ ਨੂੰ ਅੱਗੋਂ ਤੇਗ ਮਿਲੀ ਆ, ਤੇ ਇੱਕ ਝੋਕੇ ਆਏ ਉਹਨਾਂ ਨੂੰ ਦੇਗ ਮਿਲੀ ਆ ਜੀ। ਅੱਜ ਵੀ ਉਸ ਬਾਬਾ ਗੁਰਬਖਸ਼ ਸਿੰਘ ਦਾ ਦਿਹਾੜਾ ਮਨਾਇਆ ਗਿਆ ਵਾ, ਜਿਹਨੇ ਦਰਬਾਰ ਸਾਹਿਬ ਦੀ ਰਾਖੀ ਕਰਦਿਆਂ 30 ਸਿੰਘਾਂ ਦੇ ਸਮੇਤ ਸ਼ਹਾਦਤਾਂ ਪਾਈਆਂ ਸੀ ਤੇ ਅਬਦਾਲੀਆਂ ਦਾ ਬੜਾ ਵੱਡਾ ਨੁਕਸਾਨ ਕੀਤਾ ਜੀ।
ਉਹਦਾ ਵੀ ਅੱਜ ਦਿਹਾੜਾ ਮਨਾਇਆ ਗਿਆ ਉੱਥੇ ਜੀ। ਇਸ ਕਰਕੇ ਜਿਹੜੇ ਲੋਕਾਂ ਨੂੰ ਜਾਣਕਾਰੀ ਨੀ, ਉਹਨਾਂ ਨੂੰ ਜਾਣਕਾਰੀ ਲੈ ਲੈਣੀ ਚਾਹੀਦੀ ਹੈ ਵੀ ਇਹ ਬਖਸ਼ਿੰਦ ਤਖ਼ਤ ਜਿਹੜਾ ਚੁੱਕਿਆ ਨਿਉਂਕਿਆ ਉਹਦੀ ਹਰ ਪ੍ਰਕਾਰ ਦੀ ਰਾਖੀ ਵੀ ਕੀਤੀ ਗਈ। ਤੁਹਾਨੂੰ ਕਈ ਵਾਰੀ ਗੱਲ ਸੁਣਾਈ ਹੈ ਨਾ ਹੈਦਰਾਬਾਦ ਦੇ ਨਿਜ਼ਾਮ ਦੀ, ਜਦੋਂ ਕੋਈ ਢੋਈ ਨੀ ਮਿਲੀ ਤੇ ਕਾਲ ਤਖ਼ਤ ਤੇ ਆ ਗਿਆ ਸੀ, ਉਹਨੇ ਕਿਹਾ ਸੀ ਇਹਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਕਹਿਤਾ ਸੀ ਭਾਈ ਇਹਨੂੰ ਪਨਾਹ ਦਿਓ ਆਪਣੇ ਰਾਜ ਦੇ ਵਿੱਚ। ਇਸ ਕਰਕੇ ਇੱਥੇ ਤੇ ਇੱਕ ਨੀ, ਜਿਹੜਾ ਇੱਕ ਪੰਡਿਤ ਸੀ ਪੰਡਿਤ ਸੀਗਾ ਉਹਨਾਂ ਦੀ ਪੰਡਤਾਣੀ ਚੁੱਕ ਕੇ ਲੈ ਗਏ ਸੀ ਤੇ ਜਦੋਂ ਇੱਥੇ ਆ ਕੇ ਉਹਨੇ ਸ਼ਿਕਾਇਤ ਕੀਤੀ ਸੀ ਉਹ ਛੁਡਾ ਕੇ ਲਿਆਏ ਸੀ ਪੰਡਿਤ ਸਿੰਘ ਜੀ ਜੀ, ਉਹਦੇ ਹਵਾਲੇ ਕੀਤੀ ਸੀ ਤੇ ਨਾਲ ਉਹਨਾਂ ਨੂੰ ਜਿਹੜੇ ਬਗੇ ਸੀ ਨਵਾਬ ਸੀ ਕਸੂਰ ਦੇ ਉਹਨਾਂ ਨੂੰ 10 ਲੱਖ ਰੁਪਇਆ ਨਜ਼ਰਾਂ ਨਾਲ ਸ਼ੁਰੂ ਕਰਤਾ ਸੀ ਜੀ। ਉਹ ਹੈਰਾਨ ਸੀ ਵੀ ਸਾਡੇ ਕੋਲ ਤੋਪਾ ਕੁਛ ਨੀ ਕਰ ਸਕੀਆਂ ਤੇ ਬੰਦੇ ਕਿਰਪਾਨਾਂ ਦੇ ਬਰਸ਼ ਨੇ ਸਾਨੂੰ ਮਾਤ ਪਾ ਗਏ ਜੀ। ਉਸ ਜਿੱਤ ਤੋਂ ਬਾਅਦ ਜਿਹੜੀ ਸੀ ਉਹ ਲਾਹੌਰ ਤੇ ਇਹਨਾਂ ਨੇ ਹਮਲਾ ਕੀਤਾ ਸੀ, ਜਿੱਤ ਪ੍ਰਾਪਤ ਕੀਤੀ ਸੀ ਜੀ। ਇਸ ਕਰਕੇ ਇਹ ਬਖਸ਼ਿੰਦ ਤਖ਼ਤ ਆ ਜਿਹੜਾ ਵੀ ਚੱਲਦੇ ਕਿਸੇ ਵੀ ਧਰਮ ਦਾ ਚੱਲਦੇ, ਇਹਦੀ ਗੱਲ ਕਿ ਸਿੱਖ ਧਰਮ ਦਾ ਕਿਸੇ ਵੀ ਧਰਮ ਦਾ ਕੋਈ ਇੱਥੋਂ ਮਦਦ ਲੈਣ ਵਾਸਤੇ ਚਲੇ ਜੇ ਜੀ, ਉਹਦੀ ਮਦਦ ਹਰ ਪ੍ਰਕਾਰ ਨਾਲ ਉੱਥੇ ਕੀਤੀ ਜਾਂਦੀ ਹੈ ਜੀ। ਤੁਹਾਨੂੰ ਪਤਾ ਹੋਏਗਾ ਅੱਜ ਤੋਂ ਮੈਨੂੰ ਯਾਦ ਹੈ ਕਰੀਬ ਕੋਈ 15-18 ਸਾਲ ਦੀ ਗੱਲ ਪਹਿਲਾਂ ਹਰਿਆਣੇ ਦੇ ਸਿੱਖ ਆਏ ਸੀ ਇੱਥੇ ਆਪਣੀ ਫਰਿਆਦ ਲੈ ਕੇ। ਬਿਲਕੁਲ ਜੀ, ਵੀ ਆਹ ਸਾਡਾ SYL ਦਾ ਫੈਸਲਾ ਜਹਿਦਾਰੀ ਤੁਸੀਂ ਕਰਾ ਦਿਓ, ਜੋ ਕਰਾਓ ਸਾਨੂੰ ਮਨਜ਼ੂਰ ਹੋ ਗਿਆ ਜੀ। ਲੇਕਿਨ ਉਹ ਪੋਲੀਟੀਕਲ ਫੈਸਲਾ ਦੀ ਅਦਾਲਤਾਂ ਦੇ ਕੇਸ ਚੱਲਦੇ ਸੀ, ਤੁਸੀਂ ਸਭ ਕੁਛ ਕਰ ਨਹੀਂ ਸੀ ਸਕਦੇ ਜੀ ਜੀ। ਪਿੱਛੇ ਜੇ ਮੁਸਲਮਾਨ ਆਏ ਸੀ ਆਪਣੀ ਫਰਿਆਦ ਲੈ ਕੇ ਜੀ, ਉਹਨਾਂ ਦੀ ਫਰਿਆਦ ਸੁਣੀ ਗਈ ਸੀ ਵੀ ਸਾਨੂੰ ਸਿਕਿਉਰਿਟੀ ਪੰਜਾਬ ਚ ਉਹਨਾਂ ਕੋਈ ਗੱਲ ਨੀ, ਤੇ ਉਹਨਾਂ ਨੇ ਬਾਹਰ ਗਲਿਆਰੇ ਚ ਨਮਾਜ਼ ਪੜ੍ਹ ਲਈ ਸੀ ਤੇ ਕਈ ਸਾਡੀਆਂ ਹਿੰਦੂ ਜਥੇਬੰਦੀਆਂ ਬੜੀਆਂ ਭੜਕੀਆਂ ਸੀ ਦਰਬਾਰ ਸਾਹਿਬ ਨਮਾਜ਼ ਕੋ ਪੜ੍ਹੀ ਗਈ ਹੈ। ਬਿਲਕੁਲ ਬਿਲਕੁਲ। ਇਸ ਕਰਕੇ ਬਖਸ਼ਿੰਦ ਤਖ਼ਤ ਜਿਹਨੂੰ ਨਹੀਂ ਪਤਾ ਉਹਦੀ ਮਰਿਆਦਾ ਪਹਿਲਾਂ ਸੁਣ ਲਓ। ਮਰਿਆਦਾ ਜਿਹੜੀ ਆਏ ਇੱਥੇ ਬਖਸ਼ਿੰਦ ਤਖ਼ਤ ਜਿਹੜਾ ਵੀ ਇੱਥੇ ਆਉਂਦਾ ਵਾ ਜੀ, ਸਾਡੇ ਨਿਜ਼ਮ ਨੇ ਤਨਖਾਹ ਨੂੰ ਅਸੀਂ ਵਾਧਾ ਹੀ ਕਹਿੰਦੇ ਹਾਂ ਵੀ ਵਾਧਾ ਕੀਤਾ ਵਾ ਜੀ, ਤੇ ਵਾਧਾ ਕਾਹਦਾ ਕਰਦੇ ਹਾਂ ਅਸੀਂ ਬਾਣੀ ਪੜ੍ਹਨ ਦਾ ਜੀ, ਸਮਾਜ ਸੇਵਾ ਕਰਨ ਦਾ, ਸੰਗਤਾਂ ਦੇ ਜੋੜੇ ਝਾੜਨ ਦਾ। ਤੁਹਾਨੂੰ ਪਤਾ ਹੋਏਗਾ ਪਿੱਛੇ ਜਦੋਂ 44 ਅਕਾਲੀ ਲੀਡਰ ਪੇਸ਼ ਹੋਏ ਸੀ, ਕਾਂਗਰਸੀ ਵੀ ਸੀਗੇ, ਅਕਾਲੀ ਵੀ ਸਾਰੇ ਪੇਸ਼ ਹੋਏ ਸੀਗੇ ਜੀ, ਉਹਨਾਂ ਨੂੰ ਬਕਾਇਦਾ ਤੌਰ ਤੇ ਹੈਰੀਟੇਜ ਸਟਰੀਟ ਸਾਫ਼ ਕਰਨ ਦਾ ਦਿੱਤਾ ਸੀ ਵੀ ਤੁਸੀਂ ਇਹ ਸਾਫ਼ ਕਰਕੇ ਆਉਣੀ ਹੈ ਜੀ, ਐਤਕੀ ਟੋਇਲਟ ਸਾਫ਼ ਕਰਨ ਦਾ ਦਿੱਤਾ ਵੀ ਤੁਸੀਂ ਟੋਇਲਟ ਸਾਫ਼ ਕਰੋ ਜੀ। ਇਸ ਕਰਕੇ ਇਹ ਬਖਸ਼ਿੰਦ ਤਖ਼ਤ ਇੱਦਾਂ ਦਾ ਵਾ ਵੀ ਤੁਹਾਡੇ ਚ ਹੋਮੇ ਆਈ ਹੈ ਤੇ ਫਿਰ ਗਲਤੀ ਹੋਈ ਹੈ ਜੀ, ਹੋਮੇ ਨੂੰ ਦੂਰ ਕਰ ਦਿਓ। ਬਾਬਾ ਬਘੇਲ ਸਿੰਘ ਵਾਲੀ, ਨਵਾਬ ਬਘੇਲ ਸਿੰਘ ਵਾਲੀ ਗੱਲ ਜਿਹੜੀ ਸਾਰਿਆਂ ਨੂੰ ਪਤਾ ਹੀ ਹੈ, ਜਿਹਨੂੰ ਨਵਾਬੀ ਦਿੱਤੀ ਗਈ ਬਕਾਇਦਾ ਤੌਰ ਤੇ, ਤੇ ਉਹ ਕਹਿੰਦਾ ਮੈਂ ਨੀ ਲੈਣੀ, ਮੈਂ ਤੇ ਸੇਵਾਦਾਰ ਠੀਕ। ਉਹ ਕਹਿੰਦੇ ਬਈ ਮਰਿਆ ਇਹ ਫੈਸਲਾ ਵਾ ਸਾਡਾ ਸਭ ਦਾ, ਸਮੁੱਚਾ ਫੈਸਲਾ ਤੂੰ ਲੈਣੀ ਪੈਣੀ ਹੈ। ਕਹਿੰਦੇ ਇੱਕ ਸ਼ਰਤ ਲਓ, ਘੋੜੇ ਜੇ ਜਦ ਮੈਂ ਢੋ ਤੇ ਮੇਰੇ ਚ ਹੋਮੇ ਨਾ ਆਵੇ ਜੀ। ਇਹ ਸਿਰਫ ਜਿਹੜੀ ਆ ਸੇਵਾ ਲਈ ਜਾਂਦੀ ਹੈ, ਜਿਵੇਂ ਸਫਾਈ ਸੇਵਾ ਲਈ ਜਾਂਦੀ ਹੈ, ਜੋੜੇ ਚਾਹੀਦੇ ਵੀ ਤੁਹਾਡੇ ਜਿਹੜੀ ਹੋਮੇ ਉਹ ਦੂਰ ਹੋਵੇ ਜੀ। ਸੁਖਬੀਰ ਸਿੰਘ ਬਾਦਲ ਜਿੰਨੇ ਮਰਜ਼ੀ ਗੁਨਾਹ ਕੀਤੇ ਆ, ਜੋ ਮਰਜ਼ੀ ਕੀਤਾ ਜੀ, ਉਹ ਜਾ ਕੇ ਨਿਮਾਣੇ ਸਿੱਖ ਹੋ ਜੇ ਅਕਾਲ ਤਖ਼ਤ ਤੇ ਪੇਸ਼ ਹੋ ਗਏ ਤੇ ਉਹਨਾਂ ਆਪਣੇ ਸਾਰੇ ਗੁਨਾਹ ਕਬੂਲੇ ਨੇ, ਜੈਸ ਹੋ ਗਏ। ਜੇ ਉਹ ਕਬੂਲੇ ਗਏ ਨੇ ਤੇ ਫਿਰ ਉਹਨਾਂ ਨੂੰ ਉੱਥੋਂ ਮਰਿਆਦਾ ਮੁਤਾਬਕ ਤਨਖਾਹ ਲਾਈ ਗਈ, ਬਿਲਕੁਲ ਉਹਨਾਂ ਦੀ ਸੇਵਾ ਚ ਵਾਧਾ ਕੀਤਾ ਗਿਆ ਵਾ ਜੀ, ਉਹਨਾਂ ਦੇ ਨਿਤਨੇਮ ਚ ਵਾਧਾ ਕੀਤਾ ਗਿਆ ਤਨਖਾਹ ਵਾ। ਕਈ ਲੋਕ ਇਹਨੂੰ ਦੰਡ ਕਹਿੰਦੇ, ਸਜ਼ਾ ਕਹਿੰਦੇ, ਉਹ ਨਹੀਂ, ਇਹ ਬਈ ਨਿਮਰਤਾ ਦਾ ਪ੍ਰਤੀਕ ਹੈ। ਬਿਲਕੁਲ ਜੀ।
ਤੁਹਾਨੂੰ ਪਤਾ ਵਾ ਮੀਰੀ ਪੀਰੀ ਦੇ ਅਰਥ ਕੁਝ ਹੋਰ ਨੇ ਜੀ। ਇੱਕ ਤੁਹਾਨੂੰ ਕੁਲਦੀਪ ਨਈਅਰ ਹੋਏ ਨੇ ਜੀ, ਉਹਨਾਂ ਇਤਿਹਾਸ ਵੀ ਲਿਖਿਆ, ਸਿੱਖ ਇਤਿਹਾਸ ਵੀ ਲਿਖਿਆ ਵਾ। ਬਕਾਇਦਾ ਤੌਰ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ, ਉਹਨਾਂ ਨੇ ਸੇਵਾ ਤੇ ਸਿਮਰਨ ਦਾ ਨਾਂ ਦਿੱਤਾ ਸੀ ਮੀਰੀ ਪੀਰੀ ਨੂੰ, ਸੇਵਾ ਤੇ ਸਿਮਰਨ ਦਾ ਜੀ। ਇਸ ਕਰਕੇ ਸੁਖਬੀਰ ਸਿੰਘ ਬਾਦਲ ਤੇ ਜਿਹੜੀ ਬਕਾਇਦਾ ਤੌਰ ਤੇ ਲਾਈ ਗਈ ਆ ਉਹ ਅਕਾਲ ਤਖ਼ਤ ਤੋਂ ਲਾਈ ਗਈ, ਤੇ ਜਿਹੜਾ ਅਕਾਲ ਤਖ਼ਤ ਨੂੰ ਸਮਰਪਿਤ ਸਿੱਖ ਆ ਜੀ ਜੀ, ਉਹ ਤੇ ਟਿੱਪਣੀ ਨਹੀਂ ਕਰੂਗਾ। ਬਿਲਕੁਲ ਬਿਲਕੁਲ ਸਹੀ ਗੱਲ ਆ ਤੁਹਾਡੀ। ਉਹ ਇਹ ਗੱਲ ਕਹੂਗਾ ਵੀ ਜਥੇ ਧਰਮ ਨੇ ਆਪਣੇ ਵਿਵੇਕ ਨਾਲ ਜੋ ਕੀਤਾ ਠੀਕ ਕੀਤਾ ਜੀ। ਕਿਸੇ ਨੇ ਇਹ ਕਿਉਂ ਕਿਹਾ, ਇਹ ਕਿਉਂ ਨੀ ਕਿਹਾ ਵੀ ਕਿਉਂ ਨੀ ਕੋਈ ਜਿਹੜਾ ਜਿਹੜੇ ਬੰਦੇ ਕਹਿੰਦੇ ਵੀ ਫਾਂਸੀ ਦਾ ਦੇ ਜੋ, ਇਹ ਕਿਉਂ ਨੀ ਕਿਹਾ ਵੀ ਜਿਹੜਾ ਪੰਥ ਰਤਨ ਵਾਪਸ ਲਿਆ ਉਹ ਸਹੀ ਕੀਤਾ? ਬਿਲਕੁਲ ਉਹ ਨੀ ਕਹਿੰਦੇ ਉੱਥੇ ਕੋਈ ਨਾ। ਸੁਖਬੀਰ ਸਿੰਘ ਬਾਦਲ ਜਿਹੜੇ ਸੀ ਆਪਣੀ ਦੂਸਰੇ ਦਿਨ ਦੀ ਬਕਾਇਦਾ ਤੌਰ ਤੇ ਚੋਲਾ ਪਾ ਕੇ ਸੇਵਾਦਾਰਾਂ ਸੇਵਾਦਾਰ ਬਣ ਕੇ ਜਿਹੜੇ ਬਕਾਇਦਾ ਤੌਰ ਤੇ ਉੱਥੇ ਸੇਵਾ ਕਰ ਰਹੇ ਸੀ, ਜੋ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਸੀਗੇ ਤੇ ਅਟੈਕ ਸੁਖਬੀਰ ਸਿੰਘ ਬਾਦਲ ਤੇ ਨਹੀਂ, ਨਹੀਂ ਉਹ ਗੁਰੂ ਘਰ ਦੇ ਇੱਕ ਸੇਵਕ ਤੇ ਸੇਵਕ ਤੇ ਹੋਇਆ। ਬਿਲਕੁਲ ਬਿਲਕੁਲ ਬਿਲਕੁਲ। ਹੁਣ ਆਪਾਂ ਆਉਂਦੇ ਹਾਂ ਜਿਹੜਾ ਵਿਅਕਤੀ ਬਕਾਇਦਾ ਤੌਰ ਤੇ ਜਿਹੜਾ ਚੌੜਾ ਨਰਾਇਣ ਸਿੰਘ ਚੌੜਾ ਕੌਣ ਜੀ? ਨਰਾਇਣ ਸਿੰਘ ਥੋੜਾ ਚੌੜਾ ਜਿਹੜਾ ਵਾ ਚੌੜਾ ਪਿੰਡ ਆ ਇੱਕ ਡੇਰਾ ਬਾਬਾ ਨਾਨਕ ਦੇਵ ਜੀ, ਉੱਥੋਂ ਦਾ ਰਹਿਣ ਵਾਲਾ। ਇਹਦਾ ਭਰਾ ਨਰਿੰਦਰ ਸਿੰਘ ਸ਼ਾਇਦ ਕਿਹੜਾ ਉਹ ਤੇ ਪਿੰਡ ਦਾ ਸਰਪੰਚ ਵੀ ਹੈ ਤੇ ਇਹਦਾ ਭਰਾ ਹੈ ਜਿਹੜਾ ਇੱਕ ਉਹ ਬਕਾਇਦਾ ਤੌਰ ਤੇ ਮਾਰਕੀਟ ਕਮੇਟੀ ਜਿਹੜੀ ਆ ਉੱਥੋਂ ਦੀ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਵੀ ਜੀ, ਕਾਂਗਰਸੀ ਆਗੂ ਆ ਉਹ। ਤੇ ਚੌੜੇ ਨੇ ਨਰਿੰਦਰਾਇਣ ਸਿੰਘ ਚੌੜੇ ਨੇ ਕਦੀ ਨਾ ਕਾਂਗਰਸੀ ਬਖਸ਼ੇ ਤੇ ਨਾ ਅਕਾਲੀ ਬਖਸ਼ੇ, ਉਹ ਤਾਂ ਚਿੱਕੜ ਸਿੱਟਣ ਲੱਗ ਪਏ ਹੁਣ ਤਾਂ ਜੀ। ਉਹਨੇ ਬਕਾਇਦਾ ਤੌਰ ਤੇ ਸੁਖੀ ਰਧਾਵਾ ਦੇ ਨਿਰਮਲ ਸਿੰਘ ਕਾਲੋਂ ਤੇ ਬਕਾਇਦਾ ਤੌਰ ਤੇ ਜਿਹੜੇ ਆ ਆਪਣੇ ਹੈਗੇ ਨੇ ਰਵੀਕਰਨ ਕਾਲੋਂ, ਇਹਨਾਂ ਤੇ ਇਲਜ਼ਾਮ ਲਾਏ ਸੀਗੇ, ਇਹਨਾਂ ਮੇਰੇ ਤੇ ਪਰਚੇ ਕਰਾਏ ਨੇ। 2013 ਦੇ ਵਿੱਚ ਬਕਾਇਦਾ ਤੌਰ ਤੇ ਨਰਾਇਣ ਸਿੰਘ ਚੌੜਾ ਜਿਹੜਾ ਵਾ 28 ਫਰਵਰੀ 2013 ਨੂੰ ਤਰਨ ਤਾਰਨ ਦਾ ਪਿੰਡ ਇੱਕ ਪਿੰਡ ਵਾ ਜਲਾਲਾਬਾਦ ਜੀ, ਉਥੋਂ ਫੜਿਆ ਜਾਂਦਾ ਵਾ। ਠੀਕ ਹੈ ਜੀ। ਇਹਦੇ ਸਾਥੀ ਸੁਖਦੇਵ ਸਿੰਘ ਤੇ ਗੁਰਿੰਦਰ ਸਿੰਘ ਜੀ, ਉਹ ਪੰਡੋਰੀ ਪਿੰਡ ਤੋਂ ਗ੍ਰਿਫਤਾਰ ਕੀਤੇ ਜਾਂਦੇ ਆ ਜੀ। ਤੇ ਜਦੋਂ ਪੁੱਛਗਿੱਛ ਕੀਤੀ ਤੇ ਇਹਨਾਂ ਦੇ ਕੋਲੋਂ ਬਕਾਇਦਾ ਤੌਰ ਤੇ ਇੱਕ ਜਖੀਰਾ ਕੁਰਾਲੀ ਪਿੰਡ ਜਿਹੜਾ ਹੈਗਾ ਰੋਪੜ ਲੱਗੇ ਜੀ, ਉਸ ਕੁਰਾਲੀ ਪਿੰਡ ਦੇ ਵਿੱਚੋਂ ਇੱਕ ਹਥਿਆਰਾਂ ਦਾ ਜਖੀਰਾ ਬਰਾਮਦ ਹੋਇਆ ਸੀ ਜੀ। 2018 ਚ ਬਕਾਇਦਾ ਤੌਰ ਤੇ ਦੀ ਜ਼ਮਾਨਤ ਹੁੰਦੀ ਹੈ ਤੇ ਫਿਰ ਇਹ ਪ੍ਰੈਸ ਕਾਨਫਰੰਸ ਕਰਕੇ ਬਕਾਇਦਾ ਨਿਰਮਲ ਸਿੰਘ ਕਾਹਲੋਂ, ਸੁਖੀ ਰਧਾਵਾ ਤੇ ਇਹਦੇ ਤੇ ਆਪਣੇ ਰਵੀਕਰਨ ਕਾਹਲੋਂ ਤੇ ਇਲਜ਼ਾਮ ਲਾਉਂਦਾ ਵੀ ਮੇਰੇ ਤੇ ਪਰਚੇ ਨਾ ਕਰਾਏ ਸੀ। ਠੀਕ ਹੈ ਜੀ। ਭਾਈ ਜਦੋਂ ਬਰਾਮਦੀ ਹੋ ਗਈ ਫਿਰ ਉਹਨਾਂ ਰੋਲ ਨੀ ਰਹਿ ਜਾਂਦਾ ਕੋਈ। 8 ਮਈ 2010 ਨੂੰ ਇਹਦੇ ਤੇ ਦਰਜਨ ਦੇ ਕਰੀਬ ਪਰਚੇ ਦਰਜ ਹੋਏ ਸੀ ਜੀ, ਇਹਦੇ ਤੋਂ ਵਿਸਫੋਟਕ ਪ੍ਰਾਪਤ ਬਰਾਮਦ ਹੋਏ ਸੀ ਜੀ। ਤੇ ਜੇ ਹੁਣ ਆਪਾਂ ਪਿਛੋਕੜ ਚੱਲ ਜਾਈਏ, ਇਹਦੀ ਉਮਰ ਇਸ ਵੇਲੇ 60 ਸਾਲ ਦੀ ਹੈ ਜੀ, 1956 ਦਾ ਇਹ ਜਨਮ ਹੈ ਜੀ। ਸੰਤ ਭਿੰਡਰਾਂ ਵਾਲਿਆਂ ਦਾ ਬੜਾ ਨਜ਼ਦੀਕੀ ਸੀਗਾ ਜੀ। ਇਹ ਬੰਦਾ ਪਾਕਿਸਤਾਨ ਜਾਂਦਾ ਜੀ ਜੀ, 1984 ਚ ਪਾਕਿਸਤਾਨ ਜਾਂਦਾ ਤੇ ਗੁਰੀਲਾ ਦੀ ਨੀਤੀ ਆ ਉਹਦੇ ਮੁਤਾਬਕ ਉੱਥੋਂ ਹਥਿਆਰ ਵੀ ਸਪਲਾਈ ਕਰਦਾ ਤੇ ਉੱਥੋਂ ਕੁਛ ਜਿਹੜੇ ਅੱਤਵਾਦੀ ਵੀ ਭੇਜਦਾ ਹੈ ਜੀ। ਸਵਾਦ ਇੱਕ ਪੈਦਾ ਹੁੰਦਾ ਦਾਨੇ ਵਾਲੀ ਸਾਹਿਬ ਜੀ, ਪਾਕਿਸਤਾਨ ਵੀ ਜਾਂਦਾ ਬਗੈਰ ਬਕਾਇਦਾ ਤੌਰ ਤੇ ਇਹ ਜਿਹੜਾ ਜਿਹੜਾ ਹੈਗਾ ਸੀ ਇਹ ਉਸ ਤੋਂ ਬਾਅਦ ਜਿਹੜਾ ਵਾ ਇੱਥੇ ਹੋਰ ਵੀ ਕਈ ਗਤੀਵਿਧੀਆਂ ਚ ਜਿਵੇਂ ਆਪਣੇ ਹਥਿਆਰ ਫੜੇ ਗਏ ਕੋਲੋਂ ਹਾਂਜੀ,
ਜਸਪਾਲ ਸਿੰਘ ਫਰਾਂਸ ਦੇ ਪਰਚੇ ਦਰਜ ਹੋਏ ਸੀ ਉਦੋਂ ਵੀ ਫੜਿਆ ਗਿਆ ਸੀ। ਮਤਲਬ ਇੱਕ ਦਰਜਨ ਤੋਂ ਵੱਧ ਕੇਸ ਚੱਲਦੇ ਹੁਣ ਜਿਹਦੇ ਖਿਲਾਫ ਤੇ ਬੰਦੇ ਨੂੰ ਜ਼ਮਾਨਤ ਤੇ ਬਾਹਰ ਹੋਵੇ ਸੁਰੰਗ ਲੈ ਕੇ ਗਿਆ ਸੀ, ਬਿਲਕੁਲ ਗਲਤ ਅਫਸਰ ਸੰਗ ਕੋਈ ਨੀ ਹੈਗਾ ਜੀ, ਇਹ ਸਾਰਾ ਮੈਨੇਜ ਕੀਤਾ ਗਿਆ ਸੀ ਉੱਥੋਂ ਜੀ। ਜੇ ਹੁਣ ਮੈਂ ਸੱਚੀ ਗੱਲ ਕਰਾਂ ਤਾਂ ਬੜੀ ਕੌੜੀ ਲੱਗਣੀ ਕਈਆਂ ਨੂੰ, ਸਿਰਫ ਮੈਂ ਕਹਿਣੀ ਨੀ ਜੀ, ਬੜੈਲ ਜੇਲ੍ਹ ਦੇ ਵਿੱਚੋਂ ਜਿਹੜੀ ਸੁਰੰਗ ਪੁੱਟ ਕੇ ਗੱਲ ਕੀਤੀ ਗਈ, ਕਹਿੰਦੇ ਜੀ ਇਹ ਗੱਡੀ ਆਪਣੀ ਚ ਭਾ ਕੇ ਲੈ ਕੇ ਗਿਆ ਸੀ ਬੰਦੇ ਉੱਥੇ ਜੀ, ਉਹ ਚ ਫੜਿਆ ਗਿਆ ਸੀ ਤੇ ਜਵਾਨ ਤੇ ਬਾਹਰ ਆ ਗਿਆ, ਦੂਜਿਆਂ ਨੂੰ ਫੇਰ ਮਿਲੀ। ਇਸ ਕਰਕੇ ਬੰਦੇ ਦੇ ਉੱਤੇ ਮੈਂ ਜੇ ਸ਼ੱਕੀ ਕਵਾਂ ਤਾਂ ਕੋਈ ਅਤਕਥਨੀ ਨਹੀਂ ਹੋਊ, ਇਹ ਦਲ ਖਾਲਸਾ ਵੀ ਮੇਰੇ ਦਾ ਮੈਂਬਰ ਹੈਗਾ, ਇਹਦਾ ਖਾਲਸਾ ਲਿਬਰੇਸ਼ਨ ਫੋਰਸ ਦਾ ਮੈਂਬਰ ਹੈਗਾ ਵਾ, ਆਹ ਲਾਕਾਲ ਫੈਡਰੇਸ਼ਨ ਇਹਨੇ ਆਪਣੀ ਬਣਾਈ ਸੀ, ਮੁਖੀ ਇਹ ਆਪ ਹੈਗਾ ਵਾ ਜੀ। ਫੇਰ ਵੇਖੋ ਜਿਹੜੀ ਹੈਗੀ ਆ ਲਿਬਰੇਸ਼ਨ ਫੋਰਸ ਦਾ ਵੀ ਹੋ ਗਿਆ ਤੇ ਪਾਕਿਸਤਾਨ ਤਾਂ ਆਪਾਂ ਗੱਲ ਹੀ ਕਰ ਹੀ ਨਹੀਂ, ਪਾਕਿਸਤਾਨ ਰਿਹਾ ਬਗੈਰ ਤੌਰ ਤੇ। ਹੁਣ ਤੁਸੀਂ ਇਹ ਵੇਖੋ ਕਿ ਜਿਹੜਾ ਬੰਦੇ ਨੇ ਇੰਨਾ ਕੁਛ ਕੀਤਾ ਹੋਵੇ ਜੀ, ਉਹਦੀ ਜ਼ਮਾਨਤ ਵੀ ਹੋ ਜੇ, ਉਹ ਬਾਹਰ ਵੀ ਆ ਜੇ ਜੀ, ਉਹ ਸਭ ਕੁਛ ਕਰ ਲੇ, ਤੇ ਜੇ ਗਿਆਨੀ ਹਰਪ੍ਰੀਤ ਸਿੰਘ ਗਰੀ ਕਹਿੰਦੇ ਵੀ ਇਹ ਏਜੰਸੀਆਂ ਨੇ ਕਰਾਇਆ ਅਟੈਕ ਤੇ ਫਿਰ ਆਪਾਂ ਉਹਦੇ ਤੇ ਸ਼ੱਕ ਦੇ ਘਰੇ ਚਾਹੁੰਦੇ ਹੀ ਹੈ ਨਾ। ਬਿਲਕੁਲ ਬਿਲਕੁਲ, ਗਿਆਨੀ ਹਰਪ੍ਰੀਤ ਨੇ ਵੀ ਇਹ ਗੱਲ ਕਹੀ ਆ, ਗਿਆਨੀ ਹਰਪ੍ਰੀਤ ਸਿੰਘ ਵਰਾਂਕੇ ਨੇ ਗੱਲ ਕਹੀ ਆ ਵੀ ਜੋ ਪ੍ਰਕਿਰਿਆ ਬਕਾਇਦਾ ਤੌਰ ਤੇ ਇੱਥੋਂ ਕੀਤੀ ਗਈ ਹੈ 2 ਦਸੰਬਰ ਨੂੰ ਜੀ, ਉਹ ਬਹੁਤ ਲੋਕਾਂ ਨੂੰ ਹਜਮ ਨਹੀਂ ਹੋਈ, ਹਜਮ ਨਹੀਂ ਹੋਈ ਬਿਲਕੁਲ। ਆਪਾਂ ਪਹਿਲੇ ਦਿਨ ਤੋਂ ਕਰੀਏ ਕਹਿ ਰਹੇ ਵੀ ਹਜਮ ਨਹੀਂ ਹੋਈ, ਜੋ ਸਿੱਖਾਂ ਦਾ ਇੱਕ ਪਤਾ ਲੱਗ ਗਿਆ ਸੀ ਦੁਨੀਆਂ 'ਚ ਵੀ ਇਹਨਾਂ ਕੋਲ ਹੈ ਕੁਛ ਜਿਹੜਾ ਇੱਕ ਸੂਈ ਦੇ ਨੱਕੇ ਵਿੱਚ ਦੀ ਨਿਕਲ ਕੱਢਿਆ ਜਾ ਸਕਦਾ ਇਹਨਾਂ ਨੂੰ ਤੇ ਇਕੱਠੇ ਕੀਤਾ ਜਾ ਸਕਦਾ। ਦੁਨੀਆਂ ਭਰ ਦੇ ਵਿੱਚ 200 ਤੋਂ ਉੱਪਰ ਦੇਸ਼ ਨੇ ਜੀ ਜੀ, ਹਜ਼ਾਰਾਂ ਹੀ ਕੌਮਾਂ ਨੇ ਇੱਥੇ ਜੀ, ਤੇ ਜੇ ਉਹਨਾਂ ਦੇ ਵਿੱਚ ਕੋਈ ਇੱਕ ਵੀ ਕੌਮ ਕਹਿੰਦੇ, ਇੱਕ ਵਕੀਲਾ ਕਹਿੰਦੇ ਵੀ ਸਾਡੇ ਕੋਲ ਇਹੋ ਜਿਹੀ ਕੋਈ ਪ੍ਰਕਿਰਿਆ ਹੈਗੀ ਜਿੱਥੇ ਅਸੀਂ ਆਪਣੇ ਫੈਸਲੇ ਆਪ ਨਿਬੇੜ ਸਕਦੇ ਜੀ, ਕੋਈ ਦੱਸ ਦੇ। ਤੁਹਾਨੂੰ ਅੱਗੇ ਮੈਂ ਗੱਲ ਕੀਤੀ ਸੀ ਵੀ 1994 ਜਦੋਂ ਬੂਟਾ ਸਿੰਘ ਹੋਰੀ ਪੇਸ਼ ਹੁੰਦੇ ਆ, ਉਦੋਂ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨੇ ਕੀ ਕਿਹਾ ਸੀ ਜੀ, ਸਿੱਖ ਬੜੇ ਵਡਭਾਗੇ ਨੇ ਜਿਹਨਾਂ ਕੋਲੋਂ ਅਕਾਲ ਤਖ਼ਤ ਨਾਂ ਦੀ ਸੰਸਥਾ ਹੈ ਤੇ ਉੱਥੇ ਬੈਠ ਕੇ ਆਪਣੇ ਆਪਣੇ ਝਗੜੇ ਚ ਮਿਲੇ ਆਪਦ ਮਿਲੀ ਜੀ। ਅੱਜ ਤੋਂ ਕਰੀਬ 4 ਸਦੀਆਂ ਪਹਿਲਾਂ ਗੁਰੂ ਸਾਹਿਬ ਨੇ ਬੜਾ ਵੱਡਾ ਸਾਨੂੰ ਸੰਕਲਪ ਦਿੱਤਾ ਹੈ ਜੀ, ਅਸੀਂ ਕਦਰ ਹੀ ਨਹੀਂ ਕਰਦੇ ਉਹਦੀ, ਅਸੀਂ ਉੱਤੇ ਟਿੱਪਣੀਆਂ ਕਰਨੀ ਸ਼ੁਰੂ ਕਰ ਦਿੰਦੇ ਹਾਂ। ਬਿਲਕੁਲ ਜੀ, ਅੱਜ ਮੈਂ ਇੱਕ ਡਿਬੇਟ ਦੇ ਵਿੱਚ ਸੀਗਾ, ਉਹਦਾ ਸਮਰਥਕ ਸੀ ਇੱਕ ਚੌੜੇ ਦਾ, ਅੱਛਾ ਜੀ, ਉਹ ਕਹਿੰਦਾ ਜੀ ਵੇਖੋ ਇਹਦੇ ਵਿੱਚ ਜਹਿਦਾਰ ਏਕਤਾ ਦੀ ਗੱਲ ਕਰਦੇ, ਕਾਹਦੀ ਏਕਤਾ ਦੀ ਗੱਲ ਕਰਦੇ, ਜਿਹੜੀ ਕਮੇਟੀ ਬਣਾਈ ਉਹ ਬਕਾਇਦਾ ਤੌਰ ਤੇ ਇਹ ਸ਼ਾਮਿਲ ਕਰ ਲੈਣ ਇਹਨਾਂ ਨੂੰ ਵੀ ਜੀ, ਕੱਪੜੇਪੰਥੀਆਂ ਨੂੰ ਵੀ, ਮੈਂ ਕਿਹਾ ਬਿਲਕੁਲ ਕਰ ਲੈਣਗੇ ਹਾਂਜੀ, ਇੱਕ ਸ਼ਰਤ ਤੇ, ਇੱਕ ਸ਼ਰਤ ਹੋਊਗੀ ਜੀ, ਪਹਿਲਾਂ ਤੁਸੀਂ ਇਹ ਕਹੋ ਵੀ ਅਸੀਂ ਅਕਾਲ ਤਖ਼ਤ ਨੂੰ ਮਾਨਤਾ ਦਿੰਦੇ ਹਾਂ, ਸਮਰਪਿਤ ਹਾਂ ਅਸੀਂ, ਜਿੱਥੇ ਤਰ੍ਹਾਂ ਨੂੰ ਮਾਨਤਾ ਦਿੰਦੇ ਹਾਂ ਜੀ, ਉਹਦੀ ਪ੍ਰਕਿਰਿਆ 'ਚ ਯਕੀਨ ਰੱਖਦੇ ਹਾਂ ਜੀ। ਮੈਂ ਕਿਹਾ ਤੁਸੀਂ ਤੇ ਆਪਣਾ 2015 ਚ ਵੱਖਰਾ ਜਿਹੜਾ ਸੀ ਬੁਲਾ ਕੇ ਸਰਬੱਤ ਖਾਲਸਾ ਤੇ ਆਪਣੇ ਜਹਿਦਰ ਆਪਣੇ ਬਣਾ ਲਏ, ਬਾਕੀ ਕੀ ਰਹਿ ਗਿਆ? ਹਾਂਜੀ ਬਿਲਕੁਲ, ਉਹ ਛੱਡ ਵੀ ਗਏ, ਉਹ ਭੱਜ ਵੀ ਗਏ ਜੀ, ਤਾਂ ਹੀ ਪਹਿਲਾਂ ਉਹਦੇ ਚ ਆਪਣਾ ਵਿਸ਼ਵਾਸ ਪ੍ਰਗਟ ਕਰੋ, ਜਾ ਕੇ ਚਿੱਠੀ ਲਿਖ ਕੇ ਦਿਓ, ਫਿਰ ਤੋਂ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ। ਹਾਂਜੀ ਬਿਲਕੁਲ, ਤੇ ਜੇ ਤੁਸੀਂ ਕਹੋ ਜੀ ਅਸੀਂ ਜਹਿਦਰ ਨੂੰ ਮੰਨਦੇ ਵੀ ਨਹੀਂ ਤੇ ਸਾਨੂੰ ਸ਼ਾਮਿਲ ਕੀਤਾ ਜਾਵੇ, ਫਿਰ ਤੁਹਾਨੂੰ ਕੋਈ ਸ਼ਾਮਿਲ ਨਹੀਂ ਕਰਨਾ ਜੀ, ਤੇ ਬਣਦਾ ਵੀ ਨਹੀਂ ਗਾ। ਹੁਣ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੁੰਦਾ ਜੀ, ਆਪਾਂ ਉੱਥੇ ਆਈਏ ਹੁਣ ਜੀ, ਉਸ ਹਮਲੇ ਤੋਂ ਪਹਿਲਾਂ ਬਕਾਇਦਾ ਤੌਰ ਤੇ ਪੁਲਿਸ ਇਹ ਗੱਲ ਕਹਿੰਦੀ ਵੀ ਅਸੀਂ ਚੌੜੇ ਨੂੰ ਲੱਭ ਰਹੇ ਜੀ,
ਨਰਾਇਣ ਸਿੰਘ ਚੌੜੀ ਨੂੰ ਬਕਾਇਦਾ ਤੌਰ ਤੇ ਲੱਭ ਰਹੇ ਆ, ਤੇ ਜਰਨੈਲ ਸਿੰਘ ਚੌੜੀ ਦੀ ਜਸਮੀਤ ਕੌਰ ਜਿਹੜੀ ਇੱਕ ਘਰ ਵਾਲੀ, ਉਹ ਕਹਿੰਦੀ ਉਹ ਕੱਲ ਘਰ ਰਿਹਾ ਆਪਣੇ, ਪਰ ਘਰ ਨੀ ਰਿਹਾ, ਉਹ ਕਹਿੰਦੀ ਪਿੰਡ ਗਿਆ ਸੀ ਆਪਣੇ ਜੀ। ਹੁਣ ਪਿੰਡ ਗਿਆ ਕਿ ਅੰਮ੍ਰਿਤਸਰ ਆਇਆ, ਉਹ ਦੋ ਨੂੰ ਵੀ ਇੱਥੇ ਸੀ, ਤਿੰਨ ਨੂੰ ਵੀ ਇੱਥੇ ਸੀ, ਚਾਰ ਨੂੰ ਵੀ ਇੱਥੇ ਸੀ ਜੀ। ਜਦੋਂ ਇੱਥੇ ਸੀ ਪ੍ਰਕਰਮਾ ਚ ਤੁਰਿਆ ਜਾਂਦਾ, ਤੇ ਪ੍ਰਕਰਮਾ ਦੇ ਵਿੱਚ ਜਿਹੜੇ ਕਮਿਸ਼ਨਰ ਸਾਡੇ ਪੁਲਿਸ ਕਮਿਸ਼ਨ ਜ਼ਿਲ੍ਹੇ ਦੇ ਅੰਮ੍ਰਿਤਸਰ ਦੇ ਜੀ, ਉਹ ਕਹਿੰਦੇ ਸੀ ਪੌਣੇ 200 ਬੰਦਾ, ਇੱਕ ਇਹਦੇ ਵਿੱਚ SSP, ਦੋ ਇੱਕ SP, ਦੋ DSP ਲਾਏ ਨੇ ਇੱਥੇ ਯੂਨੀਫਾਰਮ ਦੇ ਵਿੱਚ ਜੀ। ਕੀ ਚੌੜੇ ਨੂੰ ਕੋਈ ਜਾਣਦਾ ਨੀ? ਚੌੜੇ ਨੂੰ ਤਾਂ ਸਾਰੇ ਜਾਣਦੇ ਸੀ, ਚੌੜੇ ਤਾਂ ਸਾਰੇ ਜਾਣਦੇ ਆ। ਅੱਜ CCTV ਕੈਮਰੇ ਚ ਵਿਖਾਇਆ ਗਿਆ ਵੀ ਕਿੱਦਾਂ ਉਹ ਪ੍ਰਕਰਮਾ ਤੁਰਿਆ ਫਿਰਦਾ ਜੀ। ਜੇ ਤੁਹਾਨੂੰ ਲੋੜੀਂਦਾ ਸੀ, ਤੁਸੀਂ ਕਹਿੰਦੇ ਲੱਭਦੇ ਫਿਰਦੇ, ਮੈਂ ਫੜਿਆ ਕਿਉਂ ਨੀ ਜੀ? ਫਿਰ ਫੜਿਆ ਕਿਉਂ ਨੀ? ਫਿਰ ਉਹ ਬੜੇ ਟੌਰ ਨਾਲ ਪ੍ਰਕਰਮਾ ਦੇ ਵਿੱਚ ਆਉਣਾ, ਜਿਹਦੇ ਪੁਲਿਸ ਵੀ ਹੈ, ਸਭ ਦੀ ਹੈ, ਤੇ ਬੜੇ ਬਾਹਰ ਆਉਂਦਾ ਵਾ ਜੀ। ਬਾਹਰ ਆ ਕੇ ਜਦੋਂ ਪਿਸਤੌਲ ਕੱਢਦਾ ਉਦੋਂ ਉਹਨੂੰ ਚੱਕ ਪੈਂਦਾ, ਤੇ ਉਹ ਮੁੰਡਾ ਭੱਜ ਕੇ ਉਹਦੇ ਪਿੰਡਾਂ ਨੂੰ, ਜਿਹੜਾ ਜਸਵੀਰ ਸਿੰਘ ਲੱਖੂਵਾਲ ਦਾ ਸੀਗਾ ਜੀ। ਜਸਵੀਰ ਸਿੰਘ ਲੱਖੂਵਾਲ ਜਿਹੜਾ ਵਾ ਉਹ ਗਲਿਆਰਾ ਚੌਂਕੀ ਚ ਲੱਗਾ, ਸ਼ਾਇਦ ਇੰਚਾਰਜ ਹੈ ਮੇਰੇ ਖਿਆਲ। ਅੱਛਾ ਜੀ। ਉਹਦੀ ਇੱਕ ਡਿਊਟੀ ਬਣਦੀ ਵੀ ਜਦੋਂ ਕਿ VIP ਸੁਖਬੀਰ ਸਿੰਘ ਬਾਦਲ ਵੱਲੋਂ ਦੇ ਨਾਲ ਰਹਿਣਾ। ਅੱਛਾ, ਉਹ ਪੱਕਾ ਹੀ ਲਾਇਆ ਹੋਇਆ? ਪੱਕੇ ਲਾਏ, ਉਹ 4-5 ਮੁੰਡੇ ਪੱਕੇ ਲਾਏ ਨੇ। ਠੀਕ ਹੈ ਜੀ। ਜਸਵੀਰ ਆ, ਪਰਮਿੰਦਰ ਆ, ਬਲਜੀਤ ਫਿਰ ਪੱਕੇ ਲਾਏ ਨੇ। ਠੀਕ ਹੈ ਜੀ। ਬਲਜੀਤ ਤੁਸੀਂ ਵੇਖੋ, ਰਾਤ ਨੂੰ ਇੱਥੇ ਹੁੰਦਾ, ਰਾਤ ਨੂੰ ਪਾਰਕਿੰਗ ਸੇਵਾ ਨਹੀਂ, ਨਾਲ ਹੀ ਹੁੰਦਾ ਉੱਥੇ। ਠੀਕ ਹੈ। ਹੁਣ ਬਕਾਇਦਾ ਤੌਰ ਤੇ ਇਹ ਮੁੰਡੇ ਜੋ ਉੱਥੇ ਕੰਮ ਕਰਦੇ ਨੇ, ਜਦੋਂ ਉਹਨੇ ਆਪਣਾ ਕੱਢਿਆ, ਛੱਕੀ ਚੱਗੇ ਗਏ ਸੀ, ਕੁਛ ਕਰ ਸਕਦਾ? ਕਰ ਸਕਦਾ ਬਿਲਕੁਲ। ਜਦੋਂ ਉਹਨੇ ਪਿਸਤੌਲ ਕੱਢਿਆ ਆਪਣਾ ਕੱਢਣ ਲੱਗਾ, ਤੇ ਉਹਨੇ ਫਟਾਫਟ ਜਾ ਕੇ ਉਹਨੂੰ ਝਪਟਾ ਮਾਰਿਆ, ਤੇ ਪਿਸਤੌਲ ਜਿਹੜਾ ਸੀ ਉਹ ਟੇਢਾ ਹੋ ਗਿਆ, ਤੇ ਗੋਲੀ ਚੱਲ ਗਈ, ਤੇ ਜਗਤ ਸਾਹਿਬ ਨੇ ਜਾ ਕੇ ਲੱਗ ਜੀ। ਜਾਣੇ ਵਾਲੇ ਸਭ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ, ਬੜੇ ਅਫਸੋਸ ਨਾਲ ਜੀ। ਤੁਹਾਨੂੰ ਪਤਾ ਹੋਏਗਾ 5 April 1983 ਨੂੰ ਗੋਲੀ ਚੱਲੀ ਸੀ, ਪਹਿਲੀ ਗੋਲੀ ਇੱਥੇ। ਹਾਂਜੀ। ਅਵਤਾਰ ਸਿੰਘ ਅਟਵਾਲ DIG ਮੱਥਾ ਟੇਕ ਕੇ ਮਾਰਿਆ ਸੀ, ਤੇ ਇਸੇ ਜਗ੍ਹਾ ਤੇ ਮਾਰਿਆ ਗਿਆ ਸੀ। ਹਾਂ ਬਿਲਕੁਲ ਬਿਲਕੁਲ। ਉਸ ਤੋਂ ਬਾਅਦ ਸਾਕਾ ਨੀਲਾ ਤਾਰਾ ਹੋਇਆ ਸੀ ਜੀ, ਤੇ ਤੁਹਾਨੂੰ ਪਤਾ ਵਾ ਜਿਹੜਾ 1988 ਦੇ ਵਿੱਚ ਜੀ, ਇਹ ਮੇਰੇ ਖਿਆਲ ਚ 14 April ਦੀ ਗੱਲ ਆ ਜੀ। 1988 ਦੇ ਵਿੱਚ ਬਕਾਇਦਾ ਤੌਰ ਤੇ SS ਵਿਰਕ, ਉਹ DIG ਇੱਥੇ ਬਾਰਡਰ ਰੇਂਜ ਸੀਗਾ ਜੀ, ਉਹ ਵੀ DIG ਸੀ, ਵੀ DIG ਸੀ ਜੀ। ਉਹਦੇ ਤੇ ਜਦੋਂ ਗੋਲੀ ਚੱਲਦੀ, ਅੰਦਰੋਂ ਗੋਲੀ ਆਉਂਦੀ ਆ, ਤੇ ਜਬਾੜੇ ਨੂੰ ਚੀਰ ਕੇ ਗੱਲ ਲੰਘ ਜਾਂਦੀ। ਉਹ ਅੱਜ ਤੱਕ ਜਬਾੜਾ ਸੀ ਤਰੀਕੇ ਦੇ ਕੰਮ ਨੀ ਕਰਦਾ ਉਹਦਾ ਜੀ ਜੀ। KPS ਕੋਲ DCP ਹੁੰਦਾ, ਇਮੀਡੀਏਟਲੀ ਫੋਰਸ ਬਣਾਉਂਦਾ ਤੇ ਅਟੈਕ ਕਰ ਦਿੰਦਾ, ਬਲੈਕ ਥੰਡਰ ਕਰ ਦਿੰਦਾ ਜੀ। ਗੋਲੀ ਚੱਲ ਰਹੀ, ਜਿਹੜੇ ਉਹ 40 ਬੰਦੇ ਅੰਦਰੋਂ ਬਾਹਰ ਆਏ ਸੀ, ਜਿਹੜਾ ਉਹਨਾਂ ਗੰਦ ਪਾਇਆ ਸੀ ਹਰਿਮੰਦਰ ਉਹਦੇ ਬਾਰੇ ਕਾਹਨੂੰ ਜ਼ਿਕਰ, ਸਾਰੀ ਦੁਨੀਆਂ ਜਾਣਦੀ ਹੈ। ਪ੍ਰਾਂਤਾਂ ਦੇ ਵਿੱਚ ਉੱਥੇ ਉੱਥੇ ਜੋ ਗੰਦ ਪਾਇਆ ਸਭ ਨੂੰ ਪਤਾ ਜੀ। ਉਹ ਜੁਝਾਰਨ ਵਾਲੇ ਕੰਮ ਨੀ ਸੀਗੇ ਹੈਗੇ, ਉਹ ਬੋਜਰਾਂ ਵਾਲੇ ਕੰਮ ਸੀਗੇ। ਤੁਹਾਨੂੰ ਪਤਾ ਹੋਏਗਾ 84 ਤੋਂ ਬਾਅਦ ਜਿਹੜੇ ਬੰਦੇ ਅੰਦਰ ਗਏ ਸੀ, ਉਹਨਾਂ ਦਾ ਅੱਜ ਤੱਕ ਕੀ ਬਣਿਆ ਜੀ? ਕਦੀ ਕਿਸੇ ਪੁਲਿਸ ਸੋਚਿਆ ਵੀ ਕਿੱਥੇ ਨੇ ਉਹ? ਕੋਈ ਵਿਦੇਸ਼ ਬੈਠਾ, ਕੋਈ ਕਿਤੇ ਬੈਠਾ, ਕੋਈ ਕਿਤੇ ਬੈਠਾ। ਬਿਲਕੁਲ ਜੀ। IB ਦਾ ਇੱਕ ਬੜਾ ਵੱਡਾ ਅਧਿਕਾਰੀ, ਅੱਜ ਕੱਲ ਦਿੱਲੀ ਚ ਬਹੁਤ ਵੱਡਾ ਅਧਿਕਾਰੀ ਆ। ਠੀਕ ਹੈ ਜੀ। ਉਹਦੇ ਬਾਰੇ ਇੱਕ ਚਵਰਕੀ ਖਾਲਸਾ ਮਿਸ਼ਨ ਕਮੇਟੀ ਨੇ ਬਕਾਇਦਾ ਤੌਰ ਤੇ ਜਿਹੜੀ ਸੀ ਉਹ ਕੱਢੀ ਸੀ ਜੀ। ਉਹਨੇ ਕਿਹਾ ਉਹ ਬੰਦਾ ਆਉਂਦਾ ਸੀ ਰਿਕਸ਼ਾ ਮੈਨ ਬਣ ਕੇ। ਹਾਂਜੀ। IB ਦਾ ਅਧਿਕਾਰੀ ਸੀ, ਰਿਕਸ਼ਾ ਮੈਨ ਬਣ ਕੇ ਆਉਂਦਾ ਸੀ, ਉਹਨੂੰ ਕਹਿੰਦਾ ਸੀ ਮੈਂ ਪਾਕਿਸਤਾਨ ਆਰਮੀ ਦਾ ਕਰਨਲ, ਮੈਂ ਤੁਹਾਡੀ ਮਦਦ ਵਾਸਤੇ ਆਇਆ। ਬਿਲਕੁਲ।
ਤੇ ਮਦਦ ਸਰਕਾਰੀ ਬੰਦੇ ਸੀ ਕਰਨੀ ਕਰਨੀ ਸੀ ਕਰਨੀ ਸੀ ਬਿਲਕੁਲ ਜੀ। ਉਹਨਾਂ ਸਰਕਾਰੀਆਂ ਨੇ ਕਿਹੜਾ ਗੰਦ ਅੰਦਰ ਘੋਲਿਆ ਪ੍ਰਕਰਮਾਂ ਦੇ ਵਿੱਚ ਸਿਰਫ ਇਸ ਨੂੰ ਜਸਟੀਫਾਈ ਕਰਨ ਵਾਸਤੇ ਕਿ ਜਿਹੜੇ ਬਲੂ ਸਟਾਰ ਆਪਰੇਸ਼ਨ ਹੋਇਆ ਸੀ ਉਹ ਗੰਦੇ ਬੰਦੇ ਸੀ। ਉਹ ਵੀ ਸਹੀ ਸੀ ਇਹਨਾਂ ਦਾ ਕਹਿਣਾ। ਹੁਣ ਵੇਖੋ ਆਪਾਂ ਜਿਹੜੀ ਗੱਲ ਕੀਤੀ ਹੈ ਜੀ, ਅਵਤਾਰ ਸਿੰਘ ਅਟਵਾਲ ਤੇ 5 ਅਪ੍ਰੈਲ 1983 ਨੂੰ ਅਟੈਕ ਹੁੰਦਾ ਜੀ, ਉਹ ਬਕਾਇਦਾ ਤੌਰ ਤੇ ਮਾਰਿਆ ਜਾਂਦਾ ਵਾ ਜੀ, ਤੇ 1988 ਜਦੋਂ ਐਸ ਐਸ ਵਿਰਕ ਤੇ ਅਟੈਕ ਹੁੰਦਾ ਤੇ ਜਦੋਂ ਅਟਵਾਲ ਮਾਰਿਆ ਜਾਂਦਾ ਤੇ ਸਾਕਾ ਨੀਲਾ ਘਰ ਹੁੰਦਾ ਤੇ ਜਦੋਂ ਐਸ ਐਸ ਵਿਰਕ ਨੂੰ ਗੋਲੀ ਵੱਜਦੀ ਤੇ ਉਦੋਂ ਬਲੈਕ ਥੰਡਰ ਹੁੰਦਾ। ਬਿਲਕੁਲ ਹੁੰਦਾ, ਬਿਲਕੁਲ ਹੁੰਦਾ। ਜਦੋਂ ਦਾਨੇ ਵਾਲੀ ਬਲੈਕ ਥੰਡਰ ਹੁੰਦਾ ਨਾ ਜੀ, ਕੇਪੀਐਸ ਲਾ ਕੇ ਡੇਰੇ ਰਾਜਨਾ ਅੰਮ੍ਰਿਤਸਰ ਬੈਠਾ ਉੱਥੇ। ਅੱਛਾ ਜੀ। ਜਦੋਂ ਸਾਕਾ ਨੀਲਾ ਤਰ ਹੋਇਆ ਤੇ ਪਿੰਡਾਂ ਚ ਨੌਜਵਾਨ ਤੇ ਆਮ ਲੋਕ ਦਰਬਾਰ ਸਾਹਿਬ ਤੁਰ ਪਏ ਸੀ। ਬਿਲਕੁਲ ਤੁਰ ਪਏ ਸੀ ਜੀ, ਉਦੋਂ ਦਾ ਫੌਜ ਦੇ ਵਿੱਚ ਬਗਾਵਤ ਹੋਈ ਤੇ ਕਈ ਨੂੰ ਸਮਝਾ ਬਜਾ ਕੇ ਵਾਪਸ ਹੋ ਗਏ, ਕਈ ਉੱਥੇ ਬਹਿ ਕੇ ਜਿਹੇ ਰੋਕ ਦਿੱਤਾ ਉਹਨਾਂ ਜੀ। ਕੀ ਬਲੈਕ ਥੰਡਰ ਦੇ ਵੇਲੇ ਕੋਈ ਗਿਆ? ਨਾ, ਕੋਈ ਨਹੀਂ। ਹੁਣ ਬਲੈਕ ਥੰਡਰ ਤੋਂ ਬਾਅਦ ਕੇਪੀਐਸ ਗਿੱਲ ਨੂੰ ਦਿੱਲੀ ਬੁਲਾਇਆ ਜਾਂਦਾ ਜੀ, ਦਿੱਲੀ ਬੁਲਾ ਕੇ ਹੋਮ ਸੈਕਟਰੀ ਨੂੰ ਕਹਿੰਦਾ ਵੀ ਤੈਨੂੰ ਅਸੀਂ ਸਸਪੈਂਡ ਕਰ ਰਹੇ। ਅੱਛਾ ਜੀ। ਕਹਿੰਦਾ ਕਿਉਂ ਕਰ ਰਹੇ ਸਸਪੈਂਡ ਦੀ ਜੀ? ਕਹਿੰਦਾ ਤੂੰ ਸਾਡੇ ਪੁੱਛਣ ਦੇ ਬਗੈਰ ਬਲੈਕ ਥੰਡਰ ਕਿਵੇਂ ਕਰਤਾ? ਉਹ ਕਹਿੰਦਾ ਯਾਰ ਮੇਰੇ ਡੀ ਆਈ ਦਾ ਫੜ ਕੇ ਜਬਾਲਾ ਦੇੜਦਾ ਫੜ ਕੇ ਗੋਲੀ ਮਾਰ ਕੇ ਮੈਂ ਕਿਉਂ ਨਾ ਕਰਦਾ, ਕਿਉਂ ਨਾ ਕਰਾਂ ਮੈਂ, ਬੰਦੇ ਬਾਹਰ ਕੱਢ ਲਏ ਬਸ। ਉਹ ਕਹਿੰਦਾ ਨਹੀਂ, ਤੂੰ ਸਾਡੇ ਪੁੱਛਣ ਬਗੈਰ ਕੀਤਾ ਤੈਨੂੰ ਹੀ ਸਸਪੈਂਡ ਕਰਨ ਲੱਗੇ ਜੀ। ਉਹ ਕਹਿੰਦਾ ਕਿਉਂ? ਸ਼ਬਦ ਵੇਖੋ ਜਿਹੜੇ ਕਿਸੇ ਅਫਸਰ ਨੇ ਮੇਰੇ ਨਾਲ ਗੱਲ ਕੀਤੀ, ਕਹਿੰਦਾ ਸਾਨੂੰ ਇਹ ਗੱਲ ਕਹੀ ਗਈ ਵੀ ਤੁਸੀਂ ਕੀਤਾ ਤੁਹਾਨੂੰ ਸਸਪੈਂਡ ਕਰਾਂਗੇ। ਇਸ ਕਰਕੇ ਅਸੀਂ ਚਾਹੁੰਦੇ ਸੀ ਪੰਜਾਬ ਦੇ ਵਿੱਚ ਪੂਰਾ ਗਦਰ ਫੈਲ ਜੇ, ਤੁਸੀਂ ਗਦਰ ਨੀ ਫੈਲਣ ਦਿੱਤਾ ਜੀ। ਤੇ ਕੇਪੀ ਇਸ ਗੱਲ ਫਿਰ ਤੁਹਾਨੂੰ ਪਤਾ ਹੈ ਤੇ ਖਤਰਾ ਬੰਦਾ ਸੀ ਨਾ, ਉਹ ਕਹਿੰਦਾ ਤੁਸੀਂ ਸਸਪੈਂਡ ਕਰੋ, ਮੈਨੂੰ ਆਰਡਰ ਦਿਓ। ਕਹਿੰਦਾ ਕੀ ਕਰੇ? ਕਹਿੰਦਾ ਬਾਹਰ ਜਾ ਕੇ ਪ੍ਰੈਸ ਨੂੰ ਕਰੂੰਗਾ ਮੈਂ ਜੀ, ਇਹਨਾਂ ਦੀ ਨੀਤ ਆ ਤੇ ਸਾਡੀ ਜੀਤ ਆ ਸੀ। ਫਿਰ ਕਹਿੰਦੇ ਨਹੀਂ ਨਹੀਂ ਅਸੀਂ ਮਜ਼ਾਕ ਕਰੇ, ਮਜ਼ਾਕ ਕਰਨ ਕਾਹਦਾ ਮਜ਼ਾਕ ਹੋਇਆ ਇਹ? ਮਤਲਬ ਮੇਰਾ ਕਹਿਣ ਤੋਂ ਭਾਵ ਵੀ ਸਿੱਕੇ ਤੇ ਦਰਬਾਰ ਸਾਹਿਬ ਨੂੰ ਜਿਹੜੀ ਕਿਤੇ ਵੀ ਮਾੜੀ ਮੋਟੀ ਗੱਲ ਚੱਲਦੀ ਹੈ ਨਾ ਉਹਨੂੰ ਇਹ ਦੂਜੇ ਪਾਸੇ ਲਾਉਣ ਵਾਸਤੇ। ਹੁਣ ਵੇਖੋ ਖੰਨਾ, ਅਰਵਿੰਦ ਖੰਨਾ ਵਾ, ਉਹ ਕਹਿੰਦਾ ਦਰਬਾਰ ਸਾਹਿਬ ਨੂੰ ਗੋਲੀ ਚੱਲ ਗਈ ਜੀ। ਦੱਸੋ, ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਦੇ ਗੇਟ ਦੇ ਬਾਹਰ ਜਿੱਥੇ ਬਗਲਿਆਰਾ ਕੰਪਲੈਕਸ ਕਹਿ ਦਿਓ, ਬਾਹਲੀ ਗੱਲ ਆ, ਕੰਪਲੈਕਸ ਕਹਿ ਦਿਓ ਜਾਂ ਗਲਿਆਰਾ ਕਹਿ ਦਿਓ। ਕੰਪਲੈਕਸ ਜੋ ਹੈ ਉਹ ਚਾਬਗਰੀ ਦੇ ਅੰਦਰ ਹੈ ਨਾ ਜੀ। ਹਾਂਜੀ ਹਾਂਜੀ। ਬਾਹਰ ਤੇ ਗਲਿਆਰਾ ਵਾ, ਗਲਿਆਰਾ ਹਾਂ, ਜਾਂ ਇਹਨਾਂ ਦਾ ਦਫ਼ਤਰ ਆ ਜੀ, ਉਹ ਕੰਪਲੈਕਸ ਨੀ ਪੈਂਦੀ ਗੱਲ। ਇਸ ਕਰਕੇ ਉਹਨਾਂ ਨੇ ਇੱਕ ਤਰੀਕਾ ਵੀ ਇਹਨੂੰ ਦਰਬਾਰ ਸਾਹਿਬ ਨੂੰ ਬਦਨਾਮ ਕਿਵੇਂ ਕਰਨਾ, ਬਦਨਾਮ ਕਰਨ ਦਾ ਤਰੀਕਾ ਸੀ। ਤੇ ਅਸੀਂ ਇਹ ਗੱਲ ਕਰਨੇ ਇਸ ਮੰਚ ਦੇ ਉੱਤੋਂ, ਅਸੀਂ ਨੀ ਸ਼ੱਕ ਕਰਦੇ ਵੀ ਚੌੜਾ ਏਜੰਸੀ ਦਾ ਬੰਦਾ ਕਿ ਨਹੀਂ ਬੰਦਾ, ਬਿਲਕੁਲ ਨੀ ਕਰਦੇ ਜੀ। ਤੁਹਾਨੂੰ ਪਤਾ ਹੋਏਗਾ ਇੱਕ ਸ਼ਹਾਦਤ ਨਾਂ ਦਾ ਇੱਕ ਮੈਗਜ਼ੀਨ ਕੱਢਦਾ ਹੁੰਦਾ ਸੀ ਜੀ, ਨਾਲ ਦਲ ਖਾਲਸਾ ਵਾਲੇ ਹੁੰਦੇ ਸੀ ਜੀ। ਉਹਨੂੰ ਇੰਟਰਨੈਟ ਤੇ ਪ੍ਰਵਾਨਗੀ ਸਿਰਫ ਇਸੇ ਕਰਕੇ ਨਹੀਂ ਸੀ ਮਿਲੀ ਜੀ, ਤੇ ਮੁਸਲਮਾਨ ਕਹਿਣ ਲੱਗੇ ਸੀ ਅਰਬ ਕੰਟਰੀ ਵੀ ਸ਼ਹਾਦਤ ਲਫ਼ਜ਼ ਸਾਡਾ ਸਾਡਾ ਸਾਡੇ ਵਾਸਤੇ ਤੁਸੀਂ ਕੀ ਕਰ ਰਹੇ ਇਹਦੇ ਵਿੱਚ ਜੀ, ਮੁੜ ਕੇ ਇਹਨਾਂ ਨੂੰ ਬੰਦ ਕਰਨਾ ਪਿਆ ਸੀ ਜੀ। ਵੈਸੇ ਵੀ ਇਹਨੇ ਜਵਾਨ ਨੇ ਪੜ੍ਹਿਆ ਲਿਖਿਆ ਬੰਦਾ ਵਾ, ਨਹੀਂ ਅਨਪੜ੍ਹ ਨਹੀਂ ਹੈਗਾ, 8-10 ਕਿਤਾਬਾਂ ਲਿਖੀਆਂ ਨੇ, ਇਹਦੇ ਬੇਟੇ ਦੋਵੇਂ ਵਕੀਲ ਨੇ। ਅੱਛਾ, ਚੌੜੇ ਦੇ ਵਕੀਲ ਨੇ। ਉਹ ਕਹਿੰਦੇ ਸਾਡਾ ਕੋਈ ਬਾਪੂ ਨੂੰ ਲੈਣਾ ਦੇਣਾ ਨਹੀਂ ਹੈਗਾ, ਬਾਪੂ ਜਿਹੜੇ ਤੁਸੀਂ ਜਾਣੋ ਜੀ। ਉਹ ਤਾਂ ਉਹਦੇ ਘਰੋਂ ਵੀ ਕਹਿ ਗਈ ਸਰ, ਬੜਾ ਗਲਤ ਹੋਇਆ ਤੇ ਜੀ ਜੀ। ਹੁਣ ਇਸ ਕਰਕੇ ਜਿਹੜਾ ਸੁਖਬੀਰ ਸਿੰਘ ਬਾਦਲ ਤੇ ਅਟੈਕ ਹੋਇਆ ਇਹ ਮੰਦਭਾਗਾ ਵਾ, ਇਹਦੀ ਨਿਖੇਧੀ ਕੀਤੀ ਜਾਣੀ ਚਾਹੀਦੀ ਆ।
ਅਕਾਲ ਤਖ਼ਤ ਦੀ ਚੜ੍ਹਤ 2 ਤਰੀਕ ਨੂੰ ਹੋਈ ਸੀ, ਉਹ ਕਈਆਂ ਨੂੰ ਹਜ਼ਮ ਨਹੀਂ ਸੀ ਹੋ ਰਹੀ, ਬਿਲਕੁਲ ਉਹ ਚਾਹੁੰਦੇ ਸੀ ਕਿਸੇ ਤਰੀਕੇ ਨਾਲ ਅਸੀਂ ਆਪਣਾ ਜਿਹੜਾ ਬਕਾਇਦਾ ਤੌਰ ਤੇ ਜਿਹੜਾ ਵਾ ਇਹਦੇ ਚ ਕੁਛ ਨਾ ਕੁਛ ਕਰੀਏ, ਪੇਸ਼ ਕਰੀਏ। ਉਹਨਾਂ ਕਰਤਾ, ਮੈਂ ਇਹ ਗੱਲ ਕਹਿੰਦਾ ਚਲੋ ਵੀ ਮੰਨ ਲਿਆ, ਪਿੱਤੇ ਚ ਰੋਸ ਹੋਊਗਾ ਤੂੰ ਤੈਅ ਕਰਨਾ ਸੀ ਜੋ ਮਰਜ਼ੀ। ਜੀ ਸੁਖਬੀਰ ਸਿੰਘ ਬਾਦਲ ਪਹਿਲਾਂ ਕਿੰਨੀ ਵਾਰੀ ਇੱਥੇ ਆਇਆ ਜੀ? ਉਦੋਂ ਕਿੱਥੇ, ਉਦੋਂ ਵੀ ਚੋਣਾਂ ਇੱਥੇ ਸੀ ਨਾ। ਸਮਾਂ ਸਥਾਨ ਜੀ ਬਿਲਕੁਲ ਗਲਤ ਸੀ, ਜਿਹਦੇ ਨਾਲ ਉਹ ਸੇਵਤੀ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਦੀ ਗਈ, ਨਾ ਕਿ ਚੌੜੇ ਨਾਲ ਗਈ। ਜੀ ਜੀ ਪੱਟੀ ਸਾਹਿਬ, ਆਪਾਂ ਇੱਕ ਕਾਲ ਲੈ ਲਈਏ ਤੇ ਫਿਰ ਆਪਾਂ ਅੱਗੇ ਚੱਲਾਂਗੇ। ਤੇ ਆਪਾਂ ਇੱਕ ਮਿੰਟ ਜੀ, ਥੋੜ੍ਹਾ ਜਿਹਾ ਮੇਰਾ ਫੋਨ ਜਿਹਾ ਹੀ ਭਰਿਆ ਪਿਆ ਤੇ ਇੱਕ ਮਿੰਟ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਔਨ ਏਅਰ ਹੋ। ਹੈਲੋ, ਹਾਂਜੀ ਹਾਂਜੀ, ਔਨ ਏਅਰ ਹੋ ਕੰਗ ਸਾਹਿਬ, ਔਨ ਏਅਰ ਹੋ। ਹੈਲੋ, ਚਲੋ ਸਟੇਬਲ ਨਹੀਂ ਜੀ ਉਹਨਾਂ ਦਾ ਕਨੈਕਸ਼ਨ। ਪੱਟੀ ਸਾਹਿਬ, ਇਹ ਚਲੋ ਜਿਹੜਾ ਹੋਣਾ ਸੀ ਉਹ ਤਾਂ ਕੰਮ ਹੋ ਗਿਆ ਜੀ, ਪਰ ਜਿਹੜਾ ਹੁਣ ਇੱਕ ਦੂਜੇ 'ਤੇ ਚਿੱਕੜ ਬੜਾ ਕੁਛ ਹੋਈ ਜਾਂਦਾ, ਕੀ ਕਰੋਗੇ? ਵੇਖੋ, ਮੈਂ ਮਜੀਠੀਏ ਨੂੰ ਵੀ ਕਹੂੰਗਾ ਜੀ, ਤੇ ਡਾਕਟਰ ਚੀਮੇ ਨੂੰ ਵੀ ਕਹੂੰਗਾ ਤੇ ਸੁੱਖੀ ਨੂੰ ਵੀ ਕਹੂੰਗਾ ਜੀ, ਇਹ ਸਮਾਂ ਸਿਆਸੀ ਰੋਟੀਆਂ ਸੇਕਣ ਦਾ ਨਹੀਂ ਹੈ, ਇਹਦਾ ਹੱਲ ਲੱਭਣ ਦਾ ਸਮਾਂ ਵਾ ਜੀ। ਉਸ ਪਾਸੇ ਨਾ ਤੁਸੀਂ ਆਉਂਦੇ ਹੋ ਨਾ ਉਹ ਆਉਂਦੇ। ਉਹ ਕਹਿੰਦਾ ਜੀ ਇਹਦਾ ਭਰਾ ਜਿਹੜਾ ਵਾ ਉਹ ਬਕਾਇਦਾ ਤੌਰ ਤੇ ਮਾਰਕੀਟ ਚੇਅਰਮੈਨ ਤੇ ਸੁੱਖੀ ਦਾ ਖਾਸ ਮੁਖਾਸ ਬੰਦਾ। ਦੱਸੋ ਹਾਂ ਭਾਈ, ਜਦੋਂ ਭਰਾ ਕਹਿੰਦਾ ਮੇਰਾ ਕੋਈ ਲੈਣਾ ਦੇਣਾ ਨੀ, ਫਿਰ ਤੁਸੀਂ ਕਿਉਂ ਉਹਨੂੰ ਤੰਗ ਕਰਦੇ ਹੋ? ਹਾਂਜੀ ਹਾਂਜੀ, ਨਾਲ ਤੁਸੀਂ ਕਹਿਤਾ ਜੀ ਇਹ ISI ਦਾ ਏਜੰਟ ਹੈ ਤੇ ਭਾਈ ਤੁਹਾਡੀ ਦਰਅਸਲ ਸਰਕਾਰੀ ਤੁਸੀਂ ਪੜ੍ਹ ਕੇ ਅੰਦਰ ਕੋਈ ਨੀ ਕੀਤਾ, ਕਿਉਂ ਨੀ ਕੀਤਾ? ਬਿਲਕੁਲ ਬਿਲਕੁਲ, ਉਹਦੇ ਉੱਤੇ ਕੇਸ ਠੋਕਦੇ ਬਾਹਰ ਆਉਂਦਾ ਜੀ, ਤੇ ਉਹਨੇ ਸੁੱਖੀ ਰਧਾਵੇ ਨੇ ਇੰਨੀ ਗੱਲ ਕਹੀ ਹੈ ਵੀ ਚੀਮੇ ਨੇ ਜੋ ਕਿਹਾ ਮੇਰੇ ਤੇ ਇਲਜ਼ਾਮ ਲਾਇਆ, ਮੈਂ ਉਹਨੂੰ ਕਾਨੂੰਨੀ ਨੋਟਿਸ ਵੀ ਭੇਜੂਗਾ ਤੇ ਮੈਂ ਪਾਰਲੀਮੈਂਟ 'ਚ ਵੀ ਗੱਲ ਕਰੂੰਗਾ ਜੀ ਵੀ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਕੋਈ ਹੋਰ ਨਹੀਂ, ਇਹ ਜਿਹੜੇ ਪੰਥ ਦੇ ਠੇਕੇਦਾਰ ਬਣੇ ਉਹ ਨੇ ਬਿਲਕੁਲ। ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਪੰਥ ਇਕੱਲਾ ਅਕਾਲੀ ਦਲ ਨੀ, ਹਾਰੋ ਵਿਅਕਤੀ ਪੰਥ ਹੈ ਜਿਹੜਾ ਗੁਰੂ ਗ੍ਰੰਥ ਤੇ ਗੁਰੂ ਪਦ ਨੂੰ ਸਮਰਪਿਤ ਆ, ਬਿਲਕੁਲ ਭਾਵੇਂ ਉਹ ਕਿਤੇ ਵੀ ਬੈਠਾ ਜੀ। ਇਸ ਕਰਕੇ ਇਹ ਜਿਹੜੀ ਇਹਨਾਂ ਦੀ ਚੁੰਝ ਚਰਚਾ ਉਹ ਬੰਦ ਹੋਣੀ ਚਾਹੀਦੀ ਆ ਜੀ, ਇਹਦਾ ਸਾਰਥਕ ਹੱਲ ਲੱਭਿਆ ਜਾਣਾ ਚਾਹੀਦਾ ਤੇ ਮੁੱਖ ਮੰਤਰੀ ਸਾਹਿਬ ਨੂੰ ਸਿਰਫ ਬਿਆਨ ਤੱਕ ਸੀਮਤ ਨਹੀਂ ਲੈਣਾ ਚਾਹੀਦਾ ਜੀ, ਇਹਦੇ ਤੇ ਗੰਭੀਰਤਾ ਨਾਲ ਚਰਚਾ ਵੀ ਕਰਨੀ ਚਾਹੀਦੀ ਹੈ ਤੇ ਆਦੇਸ਼ ਦੇ DG ਨੂੰ ਵੀ ਭਾਈ ਇਹਦੇ ਤੇ ਪੂਰੀ ਇਨਕੁਆਇਰੀ ਕਰਕੇ ਜੀ, ਜਿਹੜਾ ਜਿਹੜਾ ਵੀ ਦੋਸ਼ੀ ਦੇ ਖਿਲਾਫ ਕਾਰਵਾਈ ਪੂਰੀ ਕੀਤੀ ਜੀ। ਲੇਕਿਨ ਇਹ ਵੀ ਮੰਗ ਕੀਤੀ ਗਈ ਆ ਵੀ ਤੁਹਾਨੂੰ ਪਤਾ 3-4 ਪ੍ਰਕਾਰ ਦੀ ਇਨਕੁਆਇਰੀ ਹੁੰਦੀ ਹੈ, ਇੱਕ ਇਨਕੁਆਇਰੀ ਮਜਿਸਟਰੇਟ ਇਨਕੁਆਇਰੀ ਹੁੰਦੀ ਹੈ, ਮਜਿਸਟਰੇਟ ਇਨਕੁਆਇਰੀ ਤੇ ਜੋ ਪੁਲਿਸ ਲੈ ਕੇ ਪਤਾ ਉਹਨੂੰ ਸਾਈਨ ਕਰ ਦਿੰਦੇ, ਬਸ 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 ਬਸ, ਇੱਕ ਜੁਡੀਸ਼ੀਅਲ ਇਨਕੁਆਇਰੀ ਹੁੰਦੀ ਹੈ ਜੀ, ਉਹਦੇ ਵਿੱਚ ਕੋਈ ਸਾਬਕਾ ਜੱਜ ਕੋ ਕਰਾ ਲਓ, ਇੱਕ ਹਾਈਕੋਰਟ ਦੀ ਇਨਕੁਆਇਰੀ ਹੁੰਦੀ ਹੈ, ਹਾਈਕੋਰਟ ਦਾ ਮਤਲਬ ਕਿ ਸਿਟਿੰਗ ਜੱਜ ਇਨਕੁਆਇਰੀ ਕਰਦਾ ਜੀ, CBI ਦੀ ਇਨਕੁਆਇਰੀ ਹੁੰਦੀ ਹੈ, ਵੈਸੇ ਬੇਸਿਕਲੀ ਇਸ ਕੇਸ ਦੇ ਵਿੱਚ NIA ਦੀ ਇਨਕੁਆਇਰੀ ਬਣਦੀ ਹੈ ਜੀ, ਬਣਦੀ ਹੈ ਬਿਲਕੁਲ ਬਣਦੀ, ਉਹ ਆਊਗੀ ਜੀ, NIA ਆਊ ਤਾਂ ਸਹੀ ਵਿੱਚ, ਭਾਵੇਂ ਉਹ ਅੱਖਾਂ ਪੁੰਝਣ ਨੂੰ ਆਵੇ ਕੱਢ ਵੀ ਸਕਦੀ ਦੇਗੀ ਵੀ ਕਿੱਥੇ ਕਿਹਦਾ ਕੱਥੇਗਾ ਵਾ ਜੀ। ਇਹਦੇ ਪਿੱਛੇ ਏਜੰਸੀਆਂ ਦਾ ਹੱਥ ਜ਼ਰੂਰ ਨਿਕਲੇਗਾ, ਭਾਵੇਂ ਘੱਟ ਨਿਕਲੇ ਜਾਂ ਵੱਧ ਨਿਕਲੇ, ਲੇਕਿਨ ਮੈਂ ਗੁਰਤੇਜ ਸਿੰਘ ਨੂੰ ਸੁਣ ਰਿਹਾ ਸੀਗਾ
ਗੁਰਤੇਜ ਸਿੰਘ ਚੋੜਾ ਵਾ, ਇਹ ਪੰਥਕ ਬੰਦਾ ਵਾ, ਉਹਦਾ ਆਪਣਾ ਰੋਸ ਸੀਗਾ, ਇਹ ਤੇ ਏਜੰਸੀਆਂ ਦੇ ਇਲਜ਼ਾਮ ਨਹੀਂ ਲਿਜਾ ਸਕਦੇ, ਅਸੀਂ ਵੀ ਨਹੀਂ ਲਾਉਂਦੇ ਜੀ, ਅਸੀਂ ਕਹਿੰਦੇ ਜਾਂਚ ਕਰਾ ਲਓ। ਪਰ ਜਿਹੜਾ ਬੰਦਾ ਗੱਲ ਹੈ ਜੀ, ਇਹੋ ਜਿਹਾ ਕੰਮ ਜੀ ਨੇ ਕਰਨਾ, ਫਿਰ ਦੇਸੀ ਕੱਟੇ ਨਾਲ ਕਰੂ, ਫਿਰ ਤੁਸੀਂ ਦੱਸੋ। ਆਟੋਮੈਟਿਕ ਆ ਪਿਸਤੌਲ, ਜੇ ਸਿੱਧੂ ਵਰਗੇ ਨੂੰ ਮਾਰਨ, ਉਹਨੂੰ ਮਾਰਨ ਦੇ ਲਈ ਅਸਾਲਟਾਂ ਆ ਸਕਦੀਆਂ, ਤੇ ਫਿਰ ਚੌੜਾ ਜੀ ਦੇ ਕਨੈਕਸ਼ਨ ਬਾਰਡਰ ਪਾਰ ਦੇ ਉਹ ਵੀ ਗਾਨੇ ਵਾਲੇ 1-94 ਜਿਹੜੀ ਬਕਾਇਦਾ ਤੌਰ ਤੇ ਰਸ਼ੀਅਨ ਪੁਲਿਸ ਆਰਮੀ ਕੋਲ ਹੁੰਦੀ ਹੈ ਜੀ, ਤੇ ਜਿਹੜੀ ਰਾਈਫਲ ਦੀ ਗੋਲੀ ਉਹ ਬੁਲਟ ਪਰੂਫ ਵੀ ਪਾੜ ਦਿੰਦੀ ਹੈ, ਉਹ ਇਹਦੇ ਕੋਲ ਆਈ ਸੀਗੀ, ਉਹਦੀ ਸਪੈਸ਼ਲ ਟ੍ਰੇਨਿੰਗ ਹੁੰਦੀ ਹੈ, ਟ੍ਰੇਨਿੰਗ ਹੋਈ ਤੇ ਫਿਰ ਹੀ ਆਈ ਨਾ ਉਹਨਾਂ ਕੋਲ। ਹਾਂਜੀ ਹਾਂਜੀ, ਉਹ ਵੀ ਇੱਕ ਜਿਹੜਾ ਕਤਲ ਸੀ, ਉਹ ਵੀ ਸਿਆਸੀ ਕਤਲ ਸੀਗਾ, ਏਜੰਸੀਆਂ ਦਾ ਕਤਲ ਸੀ, ਉਹਦੀ ਅਜੇ ਤੱਕ ਸੱਚਾਈ ਬਾਹਰ ਨਹੀਂ ਆ ਰਹੀ, ਜੋ ਵੀ ਆਉਣੀ ਵੀ ਨਹੀਂ ਜੀ, ਗੁਰੂ ਗ੍ਰੰਥ ਤੇ ਗੁਰੂ ਪੰਥ ਯਕੀਨ ਰੱਖਣ ਵਾਲਾ ਸੀ। ਅੱਜ ਵੀ ਆਪਣੇ ਘਰ ਦੇ ਵਿੱਚ ਉਹਨਾਂ ਨੇ ਇੱਕ ਕਮਰਾ ਬੜਾ ਸੋਹਣਾ ਸਜਾਇਆ ਵਾ, ਜਿੱਥੇ ਪ੍ਰਕਾਸ਼ ਕੀਤਾ ਗੁਰੂ ਸਾਹਿਬ ਦਾ ਜੀ, ਸਵੇਰੇ ਸ਼ਾਮ ਪੂਰਾ ਪਰਿਵਾਰ ਪਾਠ ਵੀ ਕਰਦਾ ਵਾ, ਸਵੇਰੇ ਵੀ ਨਹਾ ਧੋ ਕੇ ਪਾਠ ਕਰਕੇ ਹੁਕਮ ਨਾਲ ਲੈ ਕੇ ਤੇ ਫਿਰ ਆਪਣੇ ਘਰੋਂ ਨਿਕਲਦੇ, ਫਿਰ ਉਹ ਚਾਹ ਪਾਣੀ ਪੀਂਦੇ ਜੀ। ਤੇ ਜੇ ਉਹ ਬੰਦਾ ਅਕਾਲ ਤਖ਼ਤ ਨੂੰ ਕਹਿ ਜੀ ਮੈਂ ਇਹਨੂੰ ਮੰਨਦਾ ਹੀ ਨੀ ਇਸ ਗੱਲ ਨੂੰ, ਤੇ ਫਿਰ ਮੈਂ ਸੋਚਦਾ ਵੀ ਇਦੋਂ ਘਟੀਆ ਹਰਕਤ ਕੋਈ ਹੋਰ ਨੀ ਹੋ ਸਕਦੀ। ਦੱਸੋ ਗਿਆਨੀ ਰਘਵੀਰ ਸਿੰਘ ਹੋਰਾਂ ਨੇ, ਗਿਆਨੀ ਹਰਪ੍ਰੀਤ ਸਿੰਘ ਨੇ 2 ਤਰੀਕ ਨੂੰ ਜਿਸ ਤਰੀਕੇ ਦਾ ਅਕਾਲੀਆਂ ਦਾ ਇਤਿਹਾਸ ਸੁਣਾਇਆ ਵੀ ਜਦੋਂ ਵੀ ਉਹ ਸਰਕਾਰ ਬਣੀ ਉਦੋਂ ਕਿਹੜੀ ਕਿਹੜੀ ਘਟਨਾਵਾਂ ਵਾਪਰੀਆਂ ਜੀ, ਪੂਰਾ ਟੁੰਬਿਆ ਉਹਨਾਂ ਨੇ। ਇਸ ਕਰਕੇ ਤੁਸੀਂ ਕਹਿੰਦੇ ਇੱਜੜ ਇਕੱਠਾ ਕੀਤਾ ਉੱਥੇ ਆਪਣੇ ਸਕੱਤਰੇ ਚ, ਕਿਉਂ ਕਿਹਾ ਤੁਸੀਂ? ਜੇ ਸਤਿਕਾਰ ਨਹੀਂ ਕਰ ਸਕੇ ਤਾਂ ਤਿਰਸਕਾਰ ਵੀ ਨਾ ਕਰੋ, ਬਿਲਕੁਲ ਨਿਰਾਦਰ ਨਾ ਕਰੋ, ਕਿਤੇ ਬੈਠੇ ਰਹੋ। ਪਹਿਲਾਂ ਕਹਿਤਾ ਜੀ ਮੈਂ ਅਕਾਲ ਤਖ਼ਤ ਨਹੀਂ, ਪੇਸ਼ ਜੋ ਕਰਨਾ ਕਰ ਲਓ ਤੁਸੀਂ ਜੀ। ਫਿਰ ਕਹਿਤਾ ਜੀ ਮੇਰੀ ਸਿਹਤ ਨੀ ਆਗਿਆ ਦਿੰਦੀ ਤੇ ਇਹਨਾਂ ਨੇ ਇੱਥੇ ਹੋਣਾ ਤੇ ਆ ਜਾਣਾ, ਇੱਥੇ ਆ ਜਾਣਾ, ਗੱਲਬਾਤ ਕਰ ਲੂਗਾ ਮੈਂ ਜਾਂਦਾ ਅਕਾਲ ਤਖ਼ਤ ਜੀ। ਫਿਰ ਹੁਣ ਕਹਿਤਾ ਜੀ ਮੇਰੀ ਥੋੜੀ ਜਿਹੀ ਤਬੀਅਤ ਠੀਕ ਜੀ, ਠੀਕ ਹੁੰਦੀ ਹੈ, ਮੈਂ ਗਿਆਨੀ ਰਘਵੀਰ ਸਿੰਘ ਦੇ ਪੇਸ਼ ਹੋ ਜੂੰਗਾ, ਆਜੂਗਾ ਉੱਥੇ ਮੈਂ ਜੀ। ਕਿਉਂ ਮਤਲਬ ਤੁਸੀਂ ਇਹੋ ਜਿਹੇ ਕੰਮ ਕਿਉਂ ਕਰਦੇ ਹੋ? ਤੁਹਾਡੇ ਤੇ ਦਿਲ ਨੇ ਦਬਾਅ ਵਧਣਾ ਵਾ ਜੀ, ਤੇ ਕਾਲਕੇ ਨੇ ਤੇ ਜਿਹੜਾ ਉਹ ਕਹਿ ਦਿੱਤਾ ਵੀ ਇਹ ਤੇ 13 ਸਾਲ ਪਹਿਲਾਂ ਹੀ ਇਹਦੇ ਭਾਗੀ ਹੋ ਗਏ ਸੀਗੇ। ਹਾਂਜੀ ਹਾਂਜੀ, ਜਦੋਂ ਇਹਨਾਂ ਨੇ ਮੂਲ ਨਾਨਕ ਸ਼ਾਹੀ ਕੈਲੰਡਰ ਤੋਂ ਬਾਅਦ ਸੋਧਿਆ ਕੈਲੰਡਰ ਮੰਨਣ ਤੋਂ ਇਨਕਾਰ ਕਰਤਾ ਸੀ। ਹਾਂਜੀ, ਇਹਦਾ ਅਸਰ ਕੱਲਾ ਉਹ ਨਹੀਂ, ਭਾਵੇਂ ਦੋਵਾਂ ਭਰਾਵਾਂ ਚ ਆਪਸ ਵਿੱਚ ਅਣਬਣ ਹੋਵੇ, ਲੇਕਿਨ ਉਹ ਪਰਿਵਾਰ ਤੇ ਪੈਣਾ, ਬਿਲਕੁਲ ਪੈਣਾ ਤਾਂ ਪਰਿਵਾਰ ਤੇ, ਸਰਨਾ ਭਰਾਵਾਂ ਦੀ ਗੱਲ ਹੋਣੀ ਹੈ, ਨਾ ਕਿ ਕੱਲੀ ਹਰਿੰਦਰ ਸਰਨੇ ਦੀ ਹੋਣੀ। ਇਸ ਕਰਕੇ ਚਾਹੀਦਾ ਉਹਨਾਂ ਨੂੰ ਵੀ ਜਿਸ ਤਰੀਕੇ ਨਾਲ ਤੁਹਾਡਾ ਪਰਿਵਾਰ, ਤੁਹਾਨੂੰ ਪਤਾ ਹੋਏਗਾ ਦਾਨੇ ਵਾਲੇ ਸਾਹਿਬ ਜੀ, ਇਹਨਾਂ ਦੇ ਪਿਤਾ ਤਰਲੋਚਨ ਸਿੰਘ ਸਰਨਾ, ਹਾਂਜੀ, ਬੜੇ ਤਕੜੇ ਅਕਾਲੀ ਹੁੰਦੇ ਸੀ। ਠੀਕ ਹੈ ਜੀ, ਜਿੰਨੇ ਵੀ ਲੀਡਰ ਪੰਜਾਬ ਤੋਂ ਜਾਂਦੇ ਸੀ, ਟੋੜਾ ਸਾਹਿਬ ਜਾਣ, ਬਾਦਲ ਸਾਹਿਬ ਜਾਣ, ਜਾਂ ਉਹਨਾਂ ਕੋਲ ਠਹਿਰਦੇ ਸੀ ਜੀ, ਨਾਲੇ ਸਮਰੱਥ ਵੀ ਸੀਗੇ, ਬਿਲਕੁਲ ਘਰ ਸਮਰੱਥ ਸੀਗੇ, ਦਿੱਲੀ ਦੇ ਵਿੱਚ ਕਿੱਲੇ 1.5 ਕਿੱਲੇ ਦਾ ਘਰ ਹੋਣਾ ਖਾ ਲਈਦਾ ਵਾੜਾ ਜੀ, ਕਿੱਲੇ ਦਾ ਘਰ ਆ। ਐਮਰਜੈਂਸੀ ਦੇ ਵਿੱਚ ਜਦੋਂ ਬਕਾਇਦਾ ਤੌਰ ਤੇ ਬਾਦਲ ਸਾਹਿਬ ਬਾਹਰ ਆਉਂਦੇ ਨੇ ਜੀ, ਬਾਹਰ ਆ ਕੇ ਸਿੱਧੇ ਦਿੱਲੀ ਜਾਂਦੇ ਆ ਜੀ, ਇਹਨਾਂ ਦੇ ਘਰ ਜਾਂਦੇ ਆ ਤੇ ਸਰਨਾ ਇਹਨਾਂ ਦੇ ਫਾਦਰ ਨੂੰ ਸਰਦਾਰ ਤੁਲਨ ਸਿੰਘ ਕਹਿੰਦੇ ਸਰਦਾਰ ਸਾਹਿਬ ਮੈਂ ਇਲੈਕਸ਼ਨ ਲੜੀ ਤੇ ਮੇਰੇ ਕੋਲ ਪੈਸਾ ਨਹੀਂ ਹੈਗਾ ਜੀ, ਉਹਨਾਂ ਜਿਹੜਾ ਜੋ 125,000 ਰੁਪਇਆ ਡੋਨੇਟ ਕਰਦੇ ਇਹਨਾਂ ਨੂੰ, 125,000। ਠੀਕ ਹੈ ਜੀ, ਕੋਈ ਛੋਟੀ ਮੌਤ ਨੀ ਉਹਨਾਂ ਵਿੱਚ, ਸੱਤਾ ਦੇ ਵਿੱਚ ਜਿਹੜੀ ਮੌਤ ਡੋਨੇਟ ਕੀਤੀ ਉਹਨਾਂ ਨੇ ਜੀ, ਇਸ ਕਰਕੇ ਬੜੇ ਪੰਥਕ ਸੀ, ਅਜੀ ਕਿ ਉਹਨਾਂ ਪੰਜਾਬ ਸਰਕਾਰ ਤੋਂ ਕੀ ਲੈਣਾ ਸੀਗਾ ਜੀ।
ਜਿਨ੍ਹਾਂ ਦਾ ਦਿੱਲੀ ਸਭ ਕੁਛ ਸੀ ਉਹਨਾਂ ਪੰਜਾਬ ਤੋਂ ਵੀ ਲੈਣਾ ਸੀ, ਲੇਕਿਨ ਉਹਨਾਂ ਦੀ ਝਗਾ ਸੀ ਨਹੀਂ ਯਾਰ ਇਹ ਜਿਹੜੀ ਅਕਾਲੀ ਪਾਰਟੀ ਪੰਥ ਦੀ ਪਾਰਟੀ ਹੈ, ਸੁਰਜੀਤ ਰਹਿਣੀ ਚਾਹੀਦੀ ਹੈ। ਇਸ ਕਰਕੇ ਅਸੀਂ ਸਰਨਾ ਸਾਹਿਬ ਨੂੰ ਬੇਨਤੀ ਕਰਾਂਗੇ ਭਾਈ ਅਕਾਲ ਤਖ਼ਤ ਜਿਹੜਾ ਤੁਸੀਂ ਤੁਹਾਡੇ ਫਾਦਰ ਮੰਨਦੇ ਰਹੇ, ਤੁਹਾਡੇ ਭਰਾ ਮੰਨਦੇ, ਸਾਰੇ ਪਰਿਵਾਰ ਮੰਨਦਾ ਵਾ ਜੀ, ਤੁਸੀਂ ਇਹੋ ਜਿਹਾ ਚੈਲੇਂਜ ਨਾ ਕਰੋ। ਤੁਹਾਨੂੰ ਓਦਾਂ ਕਿਸੇ ਨੂੰ ਗਿਲਾ ਤੁਸੀਂ ਤਾਂ ਕਹਿ ਸਕਦੇ ਹੋ ਮੈਨੂੰ ਆ ਗਿਲਾ ਵਾ ਜੀ ਜੀ। ਦਾਨੇ ਵਾਲੀ ਸਰ ਤਿੰਨ ਲਫ਼ਜ਼ ਹੁੰਦੇ ਆ, ਇੱਕ ਨਿਰਾਸ਼ਾ ਹੁੰਦੀ ਆ ਜੀ, ਇੱਕ ਨਾਰਾਜ਼ਗੀ ਹੁੰਦੀ ਆ, ਇੱਕ ਨਫ਼ਰਤ ਨਫ਼ਰਤ ਹੁੰਦੀ ਆ। ਬਿਲਕੁਲ ਨਿਰਾਸ਼ਾ ਇਹ ਹੁੰਦੀ ਹੈ ਵੀ ਕਿਸੇ ਬੰਦੇ ਨੂੰ ਕਹਿ ਦੇਣਾ ਭਾਈ ਵੀ ਤੇਰੇ ਕੰਮ ਤੋਂ ਸੰਤੁਸ਼ਟੀ ਆਪਾਂ ਜੀ, ਉਹ ਆਪਣੀ ਮਾਫ਼ੀ ਮੂਫ਼ੀ ਮੰਗ ਲੈਂਦਾ, ਚਲੋ ਜੀ ਗਾਹ ਮੈਂ ਤੁਹਾਨੂੰ ਸੰਤੁਸ਼ਟ ਕਰ ਦੂੰਗਾ, ਕੋਈ ਗੱਲ ਨਹੀਂ ਜੀ। ਇੱਕ ਨਾਰਾਜ਼ਗੀ ਹੁੰਦੀ ਹੈ ਜੀ, ਨਾਰਾਜ਼ਗੀ ਵੀ ਉੱਥੇ ਪ੍ਰਚਾਰ ਦਾ ਰੂਪ ਹੁੰਦਾ ਵੀ ਅਸੀਂ ਤੇਰੇ ਨਾਰਾਜ਼ ਆ, ਤੂੰ ਸਾਡਾ ਫਲਾਣ ਵੇਲੇ ਕੰਮ ਨਹੀਂ ਸੀ ਕੀਤਾ, ਤੇਰੇ ਕੋਲ ਸਾਈਨ ਕਰਾਉਣ ਗਏ ਸੀ, ਤੂੰ ਐਮ ਐਲ ਏ ਬਣ ਗਿਆ, ਫਿਰ ਕੀ ਹੋ ਗਿਆ ਜੀ ਜੀ। ਚਲੋ ਉਹ ਆਪਣੀ ਬੰਦੇ ਚਾਹ ਇਕੱਠੇ ਕਰਕੇ ਉਹਨਾਂ ਨੂੰ ਫਿਰ ਵਿਸ਼ਵਾਸ ਹੁੰਦਾ ਵੀ ਅੱਗੇ ਤੂੰ ਗਲਤੀ ਨਹੀਂ ਹੁੰਦੀ। ਇੱਕ ਨਫ਼ਰਤ ਹੁੰਦੀ, ਤਿੰਨ ਅੰਨੇ ਨੇ ਨਫ਼ਰਤ ਦੇ ਵਿੱਚ, ਮੇਰੇ ਤੁਸੀਂ ਇਹਨੂੰ ਵੇਖਣੇ ਜਦੋਂ ਦੌੜ ਹੀ ਆ ਤੂੰ ਇੱਥੇ। ਇਹ ਹਾਲਤ ਅਕਾਲੀਆਂ ਦੀ ਹੋ ਗਈ ਸੀ ਤੇ ਸਰਨਾ ਸਾਹਿਬ ਕਿਤੇ ਤੁਹਾਡੇ ਪਰਿਵਾਰ ਦੀ ਇਹ ਹਾਲਤ ਨਾ ਕਿਤੇ ਹੋ ਜੇ ਜੀ, ਉਹਦੇ ਤੋਂ ਬਚੋ ਜੀ। ਤੇ ਚੰਗੀ ਗੱਲ ਇਹ ਆ ਵੀ ਜੇ ਤੁਹਾਡੇ ਕੋਲ ਕੋਈ ਸਪਸ਼ਟੀਕਰਨ ਮੰਗਿਆ ਤੇ ਚੁੱਪ ਕਰਕੇ ਆ ਕੇ ਕੱਲ ਤੱਕ ਤੇ ਦੇਖ ਕੇ ਤੇ ਸੁਰਖਰੂ ਹੋ। ਬਿਲਕੁਲ ਜੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਮੇਰੇ ਨਾਲ ਨੇ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ, ਸਾਰੀ ਗੱਲਬਾਤ ਦੇ ਉੱਤੇ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ। ਅਤੇ ਪੱਟੀ ਸਾਹਿਬ ਉੱਧਰੋਂ ਖਬਰ ਆ ਰਹੀ ਹੈ ਜੀ ਗ੍ਰੇਟਰ ਨੋਇਡੇ ਤੋਂ ਵੀ, ਗ੍ਰੇਟਰ ਨੋਇਡੇ ਦੇ ਵਿੱਚ ਜਿਹੜੇ ਯੂਪੀ ਦੇ ਕਿਸਾਨ ਹੈ ਟਕੈਤ ਦੀ ਰਹਿਨਮਾਈ ਦੇ ਵਿੱਚ ਜਾਂ ਅਗਵਾਈ ਦੇ ਵਿੱਚ ਦਿੱਲੀ ਵੱਲ ਨੂੰ ਕੂਚ ਕੀਤਾ ਕੁਛ ਦੂਰੀ 'ਤੇ, ਜਿਹੜਾ ਜਿੱਥੇ ਤੁਹਾਨੂੰ ਪਤਾ ਵੀ ਆਗਰੇ ਵਾਲਾ ਹਾਈਵੇ ਸ਼ੁਰੂ ਹੁੰਦਾ, ਉਹਦੇ ਪਿੱਛੇ ਤਾਂ ਟਕੈਤ ਨੂੰ ਉੱਥੇ ਬਿਠਾ ਲਿਆ ਅਤੇ ਪਰ ਉਹਦਾ ਬੇਟਾ ਜਿਹੜਾ ਉਹ ਅੱਗੇ ਆ ਗਿਆ ਥੋੜ੍ਹਾ ਜਿਹਾ ਗ੍ਰੇਟਰ ਨੋਇਡੇ ਤੱਕ, ਉੱਥੇ ਮਹਾਂ ਪੰਚਾਇਤ ਸੱਦ ਲਈ ਹੈ ਜੀ। ਅਤੇ ਇੱਧਰ ਹਰਿਆਣਾ ਦੀਆਂ ਖਾਪਾਂ ਵੀ ਜਿਹੜੀਆਂ ਨੇ ਉਹ ਵੀ ਜਿਹੜਾ ਜੇ ਕਮਰ ਕਸੇ ਕਸੀ ਬੈਠੀਆਂ ਨੇ ਅਤੇ ਫਿਰ ਦਿੱਲੀ ਨੂੰ ਫਿਰ ਘੇਰਾ ਪੈਣ ਜਾ ਰਿਹਾ। ਹੁਣ ਡੱਲੇਵਾਲ ਜਿਹੜੀ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਵਾਲੀ ਗਰੁੱਪ ਸੀਗਾ ਉਹ ਤੇ ਕਿਸਾਨ ਸੰਘਰਸ਼ ਮੰਡੀ ਇਕੱਠੇ ਸੀ, ਉਹ ਵੱਖੋ ਵੱਖਰੇ ਹੋ ਗਏ, ਦੋ ਹੀ ਰਹਿ ਗਏ ਸੀ ਨਾ। ਹਾਂਜੀ ਹਾਂਜੀ। ਤੇ ਕਿਸਾਨ ਸੰਘਰਸ਼ ਕਮੇਟੀ ਤਾਂ ਹੋਰ ਕੋਈ ਛੋਟੇ ਮੋਟੇ ਇੱਕ ਦੋ ਗਰੁੱਪ ਹੋਣਗੇ, ਬਾਕੀ ਕੋਈ ਨੀ ਜੀ। ਉਹ ਕਹਿੰਦੇ 6 ਤਰੀਕ ਨੂੰ ਅਸੀਂ ਬਕਾਇਦਾ ਤੌਰ ਤੇ ਦਿੱਲੀ ਨੂੰ ਕੂਚ ਕਰਨਾ, ਦਿੱਲੀ ਨੂੰ ਕੂਚ ਕਰਨੇ ਕਿ ਉਹਨਾਂ ਨੂੰ ਬਹਾਨਾ ਮਿਲ ਜੂਗਾ ਦਿੱਲੀ ਜਾਣ ਲੱਗਿਆ ਵੀ ਵੇਖੋ ਜੀ ਆਹ ਵੇਖੋ ਪੰਜਾਬ ਦੇ ਕਿਸਾਨ ਨੇ ਕਿੰਨਾ ਗੰਦ ਪਿੱਛੇ ਆ ਕੇ ਪਾਇਆ ਤੇ ਸਾਰੀ ਦਿੱਲੀ ਨੂੰ ਬਰਬਾਦ ਕਰਨ ਡੇ ਜੀ। ਇਲੈਕਸ਼ਨ ਨੀ ਦਿੱਲੀ ਚ ਹੋਈ, ਇਲੈਕਸ਼ਨ ਦਿੱਲੀ ਚ ਕਿਸਾਨਾਂ ਦੇ ਖਿਲਾਫ਼ ਬੁੜ ਕੇ ਫਿਰ ਬਕਾਇਦਾ ਤੌਰ ਤੇ ਫਾਇਦਾ ਲੈਣਗੇ ਜੀ, ਵੀ ਤੁਹਾਨੂੰ ਬਰਬਾਦ ਕਰਨ ਵਾਸਤੇ ਕਿਸਾਨ ਆ ਰਹੇ, ਤੁਹਾਡੇ ਕਾਰੋਬਾਰ ਕਮਦ ਕਰਨ ਵਾਸਤੇ ਆ ਰਹੇ ਜੀ। ਹੁਣ ਉਹਦੇ ਵਿੱਚ 160 ਕਿਸਾਨ ਗ੍ਰਿਫਤਾਰ ਕਰ ਲਏ, ਜੇ ਤੁਸੀਂ ਨੋਇਡਾ ਦੀ ਗੱਲ ਕਰਦੇ ਹੋ ਜੀ, ਗ੍ਰਿਫਤਾਰ ਕਰੇ ਕਿੰਨਾ ਕੁ ਗ੍ਰਿਫਤਾਰ ਕਰ ਰੱਖੋਗੇ ਤੁਸੀਂ, ਅੱਜ ਦੀ ਕੱਲ ਕੱਲ ਨੀ ਛੱਡਣੇ ਪੈਣਗੇ ਤੁਹਾਨੂੰ ਆਖਿਰ ਦਾ ਜੀ। ਪਹਿਲੀ ਗੱਲ ਤੇ ਸਰਕਾਰ ਨੂੰ ਚਾਹੀਦਾ ਵੀ ਕਿਸਾਨਾਂ ਦੀਆਂ ਬਕਾਇਦਾ ਤੌਰ ਤੇ ਜਿਹੜੀਆਂ ਡਿਮਾਂਡ ਉਹਨਾਂ ਦੇ ਉੱਤੇ ਹਮਦਰਦੀ ਦਾ ਵਿਚਾਰ ਚਰਚਾ ਕਿਉਂ ਨੀ ਕਰਦੀ ਜੀ। 1978 ਦੇ ਵਿੱਚ ਦਿੱਲੀ ਪੂਰੀ ਘੇਰੀ ਸੀ ਕਿਸਾਨਾਂ ਨੇ, ਪੂਰੇ ਹਿੰਦੁਸਤਾਨ ਚ ਇੱਕੋ ਜਥੇਬੰਦੀ ਸੀ ਭਾਰਤੀ ਕਿਸਾਨ ਯੂਨੀਅਨ ਜੀ, ਜਿਹਦਾ ਇੱਕ ਜੋਸ਼ੀ ਹੁੰਦਾ ਸੀਗਾ ਤੇ ਇੱਕ ਮੇਰੇ ਖਿਆਲ ਚੌਧਰੀ ਚਰਨ ਸਿੰਘ ਸੀ, ਦੋ ਬੰਦੇ ਸੀ ਜਿਹੜੇ ਲੀਡਰ ਹੁੰਦੇ ਸੀ ਜੀ।
ਤੇ ਕਿਸਾਨ ਜਿਹੜੀ ਸਰਕਾਰ ਲੰਮੇ ਪੈ ਗਈ ਸੀ ਜੀ, ਸਾਰੀਆਂ ਮੰਗਾਂ ਪ੍ਰਾਪਤ ਕਰਨੀਆਂ ਪਈਆਂ ਸੀ ਜੀ। ਤੇ 1999 ਦੇ ਵਿੱਚ ਫਿਰ 88 ਦੀ ਗੱਲ ਆ ਜੀ, ਮਹਿੰਦਰ ਸਿੰਘ ਟਕੈਤ, ਰਕੇਸ਼ ਟਕੈਤ ਦੇ ਫਾਦਰ ਜੀ, ਇਹਨਾਂ ਨੇ ਦਿੱਲੀ ਘੇਰੀ ਸੀਗੀ ਤੇ ਇੰਡੀਆ ਗੇਟ ਦੇ ਉੱਤੇ ਬਕਾਇਦਾ ਤੌਰ ਤੇ ਇੰਦਰਾ ਗਾਂਧੀ ਦੀ ਬਰਸੀ ਮਨਾਈ ਜਾਣੀ, ਨਾ ਸਟੇਜ ਬੜੀ ਸੋਹਣੀ ਲਾਈ ਸੀਗੀ ਕਾਂਗਰਸ ਨੇ ਜੀ, ਇਹਨਾਂ ਜਾ ਕੇ ਸਟੇਜ ਮੰਨ ਲਈ ਸੀ, ਉਹ ਜਾਟ ਬਹਿ ਗਏ ਸੀ ਘੇਰੇ ਘੇਰੇ ਤੇ ਝੁੱਕਾ ਰੱਖ ਲਿਆ, ਝੁੱਕਾ ਪਿੰਡ ਡਿਆ ਸੀ ਜੀ, ਇਹਨਾਂ ਨੂੰ ਗੁੱਸਾ ਚੜਿਆ, ਸਰਕਾਰ ਨੇ ਗੋਲੀ ਚਲਾ ਦਿੱਤੀ ਜੀ, ਉਦੋਂ ਰਾਜੀਵ ਗਾਂਧੀ ਸਰਕਾਰ ਸੀ ਨਾ ਜੀ, ਚਾਰ ਕੇ ਪੰਜ ਕਿਸਾਨ ਮਰ ਗਏ ਤੇ ਇਮੀਡੀਏਟਲੀ ਵਿਦ ਇਨ ਅ ਡੇ ਪੂਰੇ ਦੇਸ਼ ਤੋਂ ਕਿਸਾਨ ਜਿਹੜੇ ਸੀ ਪਹੁੰਚ ਕੇ ਦਿੱਲੀ ਭਰਤੀ ਸਮਰ ਜੀ, ਸਰਕਾਰ ਡਰ ਗਈ ਸੀ ਜੀ, ਇਹਨਾਂ ਨੇ ਫਿਰ ਇੰਦਰਾ ਗਾਂਧੀ ਦੀ ਬਰਸੀ ਉੱਥੇ ਇੰਡੀਆ ਗੇਟ ਨਹੀਂ ਮਨਾਈ, ਲਾਲ ਕਿਲ੍ਹੇ ਦੀ ਗਰਾਊਂਡ ਜਾ ਕੇ ਮਨਾਈ ਸੀ ਜੀ, ਤੇ ਲਾਲ ਕਿਲ੍ਹੇ ਦੀ ਗਰਾਊਂਡ ਦੇ ਉੱਤੇ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਨ ਦਾ ਜਿਹੜਾ ਸੀ ਐਲਾਨ ਕੀਤਾ ਸੀ ਜੀ, ਤੇ ਉਸ ਤੋਂ ਬਾਅਦ ਫਿਰ ਅੱਜ ਦੇ ਜਿਹੜੇ ਕਿਸਾਨ ਯੂਨੀਅਨ ਨੇ ਹਰ ਪਾਰਟੀ ਦੀ ਆਪਣੀ ਵੱਖਰੀ ਜੋ ਯੂਨੀਅਨ ਬਣ ਗਈ, ਕਿਸਾਨ ਵਿੰਗ ਬਣ ਗਿਆ, ਹਾਂ ਬਿਲਕੁਲ ਬਿਲਕੁਲ, 10 ਬੰਦੇ ਬਈ ਬਣਾਈ ਬੈਠੇ ਆ ਜੀ, 10 ਬੰਦੇ ਪੰਜਾਬ ਚ 32 ਕਿਸਾਨ ਜਥੇਬੰਦੀਆਂ ਸੀ, ਕਿਤੇ ਬਹੁਤ ਜ਼ਿਆਦਾ ਨਹੀਂ ਹੁੰਦਾ, 3200 ਹੋ ਗਈਆਂ ਅੱਜ, 3200 ਹੋ ਗਈਆਂ, ਠੀਕ ਹੈ 3200 ਹੋ ਗਿਆ, ਉਹਨਾਂ ਦੀ ਗਿਣਤੀ ਵੇਖ ਕੇ 80-90 ਦੇ ਕਰੀਬ ਹੋ ਗਈ ਜੀ, ਇਸ ਕਰਕੇ ਜਿਹੜੀ ਹੈ ਜਿੰਨਾ ਚਿਰ ਇਕੱਠੇ ਨਹੀਂ ਹੁੰਦੇ ਇੱਕ ਮੰਚ ਦੇ ਅੱਗੇ ਵਾਂਗੂ, ਜਿਹੜੇ ਸਾਡੇ ਬਲਬੀਰ ਸਿੰਘ ਰਾਜੇਵਾਲ ਵਰਗੇ ਜਿਹੜੇ ਲੀਡਰ ਉਹ ਅੱਗੇ ਨਹੀਂ ਲੱਗਦੇ, ਕੋਈ ਗੱਲ ਬਣਦੀ ਨਹੀਂ ਜੀ, ਉਹ ਡਾਕਟਰ ਦਰਸ਼ਨਪਾਲ ਆ, ਇਹ ਰਾਜੇਵਾਲ ਦੇ ਬੰਦੇ ਪੜ੍ਹੇ ਲਿਖੇ ਬੰਦੇ ਨੇ ਜੀ, ਤੁਹਾਨੂੰ ਪਤਾ ਹੋਏਗਾ ਜਿਹੜੀ IAS ਤੇ IP ਸਬਸਿਡੀ ਟ੍ਰੇਨਿੰਗ ਹੁੰਦੀ ਹੈ ਦੇਹਰਾਦੂਨ ਚ, ਹਾਂਜੀ, ਉਹਦੇ ਵਿੱਚ ਸਾਲ ਚ 2 ਦਿਨ ਹੁੰਦੇ ਜਦੋਂ ਜਾ ਕੇ ਬਲਬੀਰ ਸਿੰਘ ਰਾਜੇਵਾਲ ਜਾ ਕੇ ਸਪੀਚ ਕਰਦੇ ਕਿਸਾਨਾਂ ਦੇ ਹੱਕ, ਕਿਸਾਨਾਂ ਦੀਆਂ ਮੰਗਾਂ ਬਾਰੇ ਜੀ, ਕਿਸਾਨੀ ਬਾਰੇ, ਇਹਨਾਂ ਨੂੰ ਪੇਮੈਂਟ ਮਿਲਦੀ ਬਕਾਇਦਾ ਤੌਰ ਤੇ, ਪੇਮੈਂਟ ਕਰਦੇ ਇਹਨਾਂ ਨੂੰ ਜੀ, ਇਹ 2 ਦਿਨ ਜਾ ਕੇ ਉਹਨਾਂ IAS IAP ਅਫਸਰ ਨੂੰ ਬਕਾਇਦਾ ਤੌਰ ਤੇ ਸੰਬੋਧਨ ਕਰਨਗੇ, ਠੀਕ ਹੈ ਜੀ, ਤੇ ਜਿਹੜੇ ਇਸ ਲੈਵਲ ਦੇ ਬੰਦੇ ਹੋਣ ਤੁਹਾਨੂੰ ਤੁਸੀਂ ਪਿੱਛੇ ਰੱਖੋ, ਮੈਂ ਜੇ ਕਹਾਂ ਵੀ ਉਹ ਪਿਛਲਾ ਦਾ ਮੋਰਚਾ ਸੀ ਉਹ ਬਲਬੀਰ ਸਿੰਘ ਰਾਜੇਵਾਲ ਜਿੱਤਿਆ ਗਿਆ, ਤੁਸੀਂ ਅੱਤ ਕਥਨੀ ਨਹੀਂ ਹੋਊਗੀ ਜੀ, ਉਹ ਰੋਜ਼ ਸੰਬੋਧਨ ਕਰਦਾ ਇੱਕੋ ਹੀ ਗੱਲ ਸਟਾਰਟ ਕਰਦਾ ਸੀਗਾ, ਭਾਈ ਜੇ ਛਾਤ ਰਹੋਗੇ ਤੇ ਤੁਸੀਂ ਜਿੱਤੋਗੇ, ਜੇ ਤੁਸੀਂ ਹਿੰਸਾ ਕੀਤੀ ਤੇ ਫਿਰ ਮੋਦੀ ਜਿੱਤਣਗੇ, ਉਹ ਜਿੱਤਣਗੇ, ਗੱਲ ਤਾਂ ਸਿਆਣੀ ਹੈ, ਮਾੜੀ ਗੱਲ, ਇਸ ਕਰਕੇ ਅੱਜ ਵੀ ਚਾਹੀਦਾ ਕਿਸਾਨਾਂ ਨੂੰ ਜੇ ਜਿੱਤ ਪ੍ਰਾਪਤ ਕਰਨੀ, ਭਾਵੇਂ ਟਕੈਤ ਹੋਵੇ, ਭਾਵੇਂ ਇਹ ਆਪਣਾ ਪਧੇਰ ਹੋਵੇ, ਜੋ ਮਰਜ਼ੀ ਹੋਵੇ ਜੀ, ਜਿਹੜੀ 26 ਜਨਵਰੀ 2021 ਨੂੰ ਕਰਤੂਤ ਗੋਲੀ ਸੀ, ਕਿੰਨੇ ਗੋਲੀ ਸੀ ਜੀ, 3-4 ਬੰਦੇ ਸੀ ਨਾ, ਬਿਲਕੁਲ, ਜਿਹਦੇ ਵਿੱਚ ਦੀਪ ਸਿੱਧੂ ਦਾ ਗਰੁੱਪ ਸੀਗਾ, ਲੱਖੇ ਸਿੰਘ ਦਾ ਗਰੁੱਪ ਸੀ, ਕਿਸਾਨ ਸੰਘਰਸ਼ ਕਮੇਟੀ ਸੀ ਜੀ, ਜੇ ਕਿਤੇ ਨਾਨੇ ਮਾੜੀਏ ਸਾਹਿਬ, ਜਿਹੜਾ ਪਹਿਲਾਂ ਰੂਟ ਬਣਿਆ ਸੀ ਰਿੰਗ ਰੋਡ ਦਾ ਬਾਹਰ ਦਾ, ਫਿਰ ਤਾਂ ਬੱਲੇ ਬੱਲੇ ਹੋ ਗਏ ਸੀ, ਮੈਂ ਨਾ ਦੁਨੀਆਂ ਭਰ ਚ ਉਹ ਬੱਲੇ ਬਾਦਲ ਨੀ, ਉਹ ਇਤਿਹਾਸ ਲਿਖਿਆ ਜਾਣਾ ਸੀ ਇੱਕ ਵੱਖਰੀ ਕਿਸਮ ਜੀ, ਤੇ ਸਿੱਖ ਕਿਸਾਨਾਂ ਦੀਆਂ ਫੋਟੋਆਂ ਫਰੰਟ ਪੇਜ ਛਪਣੀਆਂ ਸੀ ਉਹਦੇ ਵਿੱਚ ਜੀ, ਪਰ ਤਾਂ ਨਹੀਂ ਇਹਨਾਂ ਦੇ ਭਲਪਤੀ ਜੀ ਜੀ, ਤੇ ਪੱਟੀ ਸਾਹਿਬ ਉੱਧਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੇ ਸਾਬਕਾ ਸੀ ਗੁਰਬਚਨ ਸਿੰਘ ਹੋਰੀ, ਉਹ ਕਿਹੜੀਆਂ ਕਿਹੜੀਆਂ ਸਹੂਲਤਾਂ ਸੇਵਾਵਾਂ ਦਾ ਆਨੰਦ ਮਾਣ ਰਹੇ ਸੀ ਜਿਹੜੀਆਂ ਵਾਪਸ ਲਈਆਂ ਨੇ? ਇਹਨਾਂ ਦੇ ਬੇਟੇ ਜਿਹੜੇ ਨੇ ਵੱਡੇ ਬੇਟੇ ਜੀ, ਉਹਨਾਂ ਦੀ ਸੁਖਬੀਰ ਸਿੰਘ ਬਾਦਲ ਨਾਲ ਕਾਫੀ ਨੇੜਤਾ ਰਹੀ ਜੀ, ਇਹ ਉਹਨਾਂ ਦੇ ਟਾਈਮ ਤੇ ਮੰਡੀਆਂ ਮੁੰਡੀਆਂ ਦਿੰਦੇ ਰਹੇ ਨੇ ਕਾਫੀ ਪੈਸੇ ਪੁਸ਼ੇ, ਹਾਂ ਬਿਲਕੁਲ, ਪਸ਼ੂਆਂ ਦੀਆਂ ਮੰਡੀਆਂ ਦੇ ਠੇਕੇ ਤੇ ਰਹੇ ਇਹਨਾਂ ਜੀ ਜੀ, ਤੇ ਜਿਹੜੇ ਰਵਿੰਦਰ ਗਿੱਲ ਜਿਹੜਾ ਸੀ ਉਹ ਗੁਆਂਢੀ ਸੀ ਇਹਨਾਂ ਦਾ, ਜਿਹਨੇ ਕਿਹਾ ਸੀ ਇਹ ਕੱਟਿਆ ਬੱਚਿਆਂ ਦੇ ਦੇਸ਼ਦਾਰ ਜੀ, ਜ਼ਿਆਦਾ ਪਾਰਲੀਮੈਂਟ ਵਿਧਾਨ ਸਭਾ ਚ ਕਿਹਾ ਸੀ ਜੀ ਜੀ, ਗਿਆਨੀ ਗੁਰਬਚਨ ਸਿੰਘ ਹੋਰੀ ਆਪ ਇੱਕ ਸ਼ਰੀਫ ਬੰਦੇ ਚ ਕੋਈ ਦੋ ਰਵਾਂ ਨਹੀਂ ਹੈਗੀ ਜੀ,
ਉਹਨਾਂ ਨੂੰ ਇਹਨਾਂ ਕਿਹਾ ਸੀ ਵੀ ਧਰਮ ਪ੍ਰਚਾਰ ਕਮੇਟੀ ਦਾ ਕੋਆਰਡੀਨੇਟਰ ਲਾ ਕੇ ਉਹਨਾਂ ਨੂੰ ਦੋ ਗੱਡੀਆਂ ਬਕਾਇਦਾ ਤੌਰ ਤੇ ਪੰਜ ਸੇਵਾਦਾਰ ਦਿੱਤੇ ਸੀ ਜੀ। ਹੁਣ ਜਦੋਂ ਅਕਾਲ ਤਖ਼ਤ ਤੇ ਇੱਕ ਫਰਮਾਨ ਜਾਰੀ ਹੁੰਦਾ ਵੀ ਜਦੋਂ ਤੁਸੀਂ ਮਾਫ਼ੀ ਦਿੱਤੀ ਸੀ ਉਹਦੀ ਆ ਕੇ ਸਾਨੂੰ ਸਪਸ਼ਟੀਕਰਨ ਭੇਜੋ ਜੀ, ਇਹ ਤੇ ਗਿਆਨੀ ਗੁਰਮੁਖ ਸਿੰਘ ਜੀ, ਕਿਉਂਕਿ ਗਿਆਨੀ ਇਕਬਾਲ ਸਿੰਘ ਤੇ ਰਿਟਾਇਰ ਹੋ ਚੁੱਕੇ ਤੇ ਗਿਆਨੀ ਜੇ ਮਲ ਸਿੰਘ ਡੈਥ ਹੋ ਚੁੱਕੀ ਹੈ ਜੀ, ਤੇ ਗਿਆਨੀ ਇਕਬਾਲ ਸਿੰਘ ਤੁਸੀਂ ਕੀ ਕਿਹਾ ਜਿਹੜੇ ਘਰ ਬੈਠੇ ਰਮਾਨ ਨਾ ਹੋਣ ਉਹ ਰਿਟਾਇਰ ਜੀ, ਉਹ ਦੋ ਵਿਅਕਤੀ ਸੀ ਜਿਹਨਾਂ ਕੋਲ ਐਸੀ ਪੀਸੀ ਦੀਆਂ ਵਿਸ਼ੇਸ਼ ਗੱਡੀਆਂ ਸੀ ਤੇ ਵਿਸ਼ੇਸ਼ ਅਹੁਦੇ ਸੀ ਜੀ, ਉਹਦੇ ਵਿੱਚ ਜਦੋਂ ਇਹਨਾਂ ਸਪਸ਼ਟੀਕਰਨ ਮੰਗਿਆ ਕਹਿੰਦਾ ਸਪਸ਼ਟੀਕਰਨ ਪ੍ਰੋਪਰ ਸਪਸ਼ਟੀਕਰਨ ਨਹੀਂ ਦਿੱਤਾ, ਚਾਹੀਦਾ ਤੇ ਸੀ ਵੀ ਵੇਖੋ ਸਾਨੂੰ ਸੱਦਿਆ ਕਿਵੇਂ ਗਿਆ ਪੂਰੀ ਡਿਟੇਲ ਦੱਸ ਦੇ ਸਾਨੂੰ ਕਿਹਾ ਕੀ ਗਿਆ, ਸਾਡੀ ਮਜਬੂਰੀ ਸੀ ਸਾਨੂੰ ਪਿਸਟਲ ਪੁਆਇੰਟ ਦੇ ਉੱਤੇ ਜਾਂ ਦਬਕੇ ਮਾਰ ਕੇ ਪਾਸ ਕਰਾਇਆ ਗਿਆ, ਕਹਿ ਦਿੰਦੇ ਕੀ ਬਰਪਿੰਦਰ ਸਿੰਘ ਹਾਂਜੀ ਹਾਂਜੀ, ਇਹਨਾਂ ਨੇ ਲਿਖ ਕੇ ਭੇਜਿਆ ਵੀ ਹਾਲਾਤ ਏਦਾਂ ਦੇ ਸੀਗੇ ਜੀ, ਹਾਲਾਤ ਮੁਤਾਬਕ ਫੈਸਲਾ ਲਿਆ ਗਿਆ ਸੀ ਤੇ ਹਾਲਾਤ ਮੁਤਾਬਕ ਵਾਪਸ ਲਿਆ ਗਿਆ ਸੀ, ਉਹ ਕਹਿੰਦੇ ਏਦਾਂ ਨਿਕਲ ਤੁਹਾਡੀ। ਉਹ ਫਿਰ ਅਕਾਲ ਤਖ਼ਤ ਤੋਂ ਦੋ ਤਰੀਕ ਨੂੰ ਜਿਸ ਤਰ੍ਹਾਂ ਨੇ ਕਹਿਤਾ ਵੀ ਗਿਆਨੀ ਗੁਰਭਜਨ ਸਿੰਘ ਦੀ ਸਾਰੀਆਂ ਸਹੂਲਤਾਂ ਬੰਦ ਕੀਤੀਆਂ ਗਈਆਂ ਜੀ, ਇੱਕ ਤੇ ਐਸ ਜੀ ਪੀ ਸੀ ਦੋਨੋਂ ਕੋਲ ਕੋਠੀ ਸੀਗੀ ਉਹ ਵੀ ਵਾਪਸ ਲੈ ਲਈ ਜੀ, ਪੰਜ ਸੇਵਾਦਾਰ ਸੀ ਉਹ ਵੀ ਵਾਪਸ ਲੈ ਲਏ ਜੀ, ਦੋ ਗੱਡੀਆਂ ਸੀ ਐਸ ਜੀ ਪੀ ਸੀ ਦੀਆਂ ਉਹ ਵੀ ਵਾਪਸ ਲੈ ਲਈਆਂ। ਠੀਕ ਹੈ ਜੀ, ਉਹਨੇ ਸਹੂਲਤਾਂ ਵਾਪਸ ਲਈਆਂ ਤੇ ਗਿਆਨੀ ਗੁਰਮੁਖ ਸਿੰਘ ਹੋਰੀ ਜਿਹਨਾਂ ਤਬਾਦਲਾ ਬਾਹਰ ਕਰਨ ਵਾਸਤੇ ਕਿਹਾ ਸੀ ਉਹਨਾਂ ਦਾ ਤਬਾਦਲਾ ਅੰਮ੍ਰਿਤਸਰ ਤੋਂ ਜਿਹੜਾ ਸੀ ਉਹ ਬਕਾਇਦਾ ਤੌਰ ਤੇ ਮੁਕਤਸਰ ਕਰ ਦਿੱਤਾ। ਠੀਕ ਹੈ ਜੀ, 2018 ਜਦੋਂ ਡੰਕਾ ਵਜਾਇਆ ਸੀਗਾ ਜੀ ਗਿਆਨੀ ਗੁਰਮੁਖ ਸਿੰਘ ਨੇ, ਉਦੋਂ ਇਹਨਾਂ ਦੀ ਬਦਲੀ ਹਰਿਆਣੇ ਚ ਕੀਤੀ ਗਈ ਸੀ। ਹਾਂ ਕੀਤੀ ਸੀ ਜੀ ਪਤਾ, ਤੇ ਮੁੜ ਕੇ ਇਹਨਾਂ ਦਾ ਸਮਝੌਤਾ ਹੋ ਜਾਂਦਾ ਵਾ ਬਾਦਲਾਂ ਨਾਲ, ਤੇ ਬਾਦਲ ਰਾਤੋਂ ਰਾਤ ਹੀ ਇਹਨਾਂ ਨੂੰ ਲਿਆ ਕੇ ਉੱਥੇ ਜਿਹੜੇ ਰਾਤ ਦੇ 10:30 ਬੂਹੇ ਖਿਲਾ ਕੇ ਕੱਲ ਤੱਕ ਦੇ ਧਿਆੜ ਗ੍ਰੰਥੀ ਦਰਬਾਰ ਸਾਹਿਬ ਜਿਹੜੇ ਸੀ ਇਹਨਾਂ ਨੂੰ ਉਠਾਉਂਦੇ ਗੱਦੀ ਜੀ, ਤੇ ਹੁਣ ਇਹਨਾਂ ਤਬਾਦਲਾ ਜਿਹੜਾ ਸੀ ਕੱਲ ਤੱਕ ਦੇ ਦੇਸ਼ਾਂ ਦੇ ਉੱਤੇ ਜਿਹੜਾ ਉਹ ਬਕਾਇਦਾ ਤੌਰ ਤੇ ਮੁਕਤਸਰ ਕਰ ਦਿੱਤਾ ਗਿਆ, ਤੇ ਉਹਨਾਂ ਕੋਲ ਸਹੂਲਤਾਂ ਸਾਰੀਆਂ ਵਾਪਸ ਲੈ ਲਈਆਂ ਗਈਆਂ ਜੀ ਜੀ। ਤੇ ਰਾਣੂ ਕੀ ਕਹਿੰਦਾ ਜੀ ਹੁਣ ਸਾਜਧਾਰੀ? ਵੇਖੋ ਰਾਣੂ ਦੀ ਜਿਹੜੀ ਗੱਲ ਆ ਨਾ, ਰਾਣੂ ਮੈਂ ਤੇ ਸਮਝਦਾ ਵੀ ਨਾ ਉਹ ਸਿੱਖ ਹੈ ਤੇ ਨਾ ਉਹ ਸਹਿਜਧਾਰੀ ਸਿੱਖ। ਸਹਿਜਧਾਰੀ ਤਾਂ ਹੁੰਦਾ ਨਾ ਜਿਹੜਾ ਦੂਸਰੇ ਧਰਮ ਤੋਂ ਇੱਧਰ ਆਉਂਦਾ। ਬਿਲਕੁਲ ਬਿਲਕੁਲ, ਜਿਹੜਾ ਆਪਣੇ ਤੇ ਸਿੱਖ ਧਰਮ ਦੇ ਵਿੱਚ ਬਕਾਇਦਾ ਤੌਰ ਤੇ ਆਪਣੇ ਸਹਿਜਧਾਰੀ ਤਾਂ ਨਹੀਂ ਕਹਿ ਸਕਦੇ ਆਪਣੇ ਆਪ ਨੂੰ, ਉਹ ਪਤਿੱਤਾ ਚ ਆਉਂਦਾ ਜੀ, ਪਤਿੱਤ ਹੁੰਦਾ। ਹਾਂ ਬਿਲਕੁਲ ਬਿਲਕੁਲ। ਹੁਣ ਉਹ ਕਹਿੰਦਾ ਵੀ ਸਹਿਜਧਾਰੀ ਸਿੱਖਾਂ ਕੋਲੋਂ ਸ਼੍ਰੋਮਣੀ ਕਮੇਟੀ ਨੇ ਜਿਹੜਾ ਬੋਰਡ ਦਾ ਅਧਿਕਾਰ ਖੜੋਇਆ ਨਾ ਜੀ, ਉਸ ਕੇਸ ਦੇ ਵਿੱਚ ਸ਼੍ਰੋਮਣੀ ਕਮੇਟੀ ਸਮੁੱਚੀ ਕਮੇਟੀ ਨੂੰ ਤਨਖਾਹੀਆ ਕਰਾਰ ਦੇ ਕੇ ਤੇ ਇਹਨਾਂ ਖਿਲਾਫ਼ ਕਾਰਵਾਈ ਅਕਾਲ ਤਖ਼ਤ ਤੋਂ ਕੀਤੀ ਜਾਵੇ, ਇਹ ਸੰਭਵ ਕਿਵੇਂ ਹੋ ਸਕਦਾ ਤੁਸੀਂ ਆਪ ਸਿਆਣੇ? ਬਿਲਕੁਲ ਜੀ, ਜਿਹੜਾ ਸਹਿਜਧਾਰੀ ਦਾ ਕੇਸ ਸੀ ਰਾਣੂ ਸਾਹਿਬ ਉਹ ਲੈ ਕੇ ਵੀ ਤੁਸੀਂ ਅਦਾਲਤ ਗਏ ਸੀ, ਐਸ ਜੀ ਪੀ ਸੀ ਨੀ ਗਈ, ਐਸ ਜੀ ਪੀ ਸੀ ਨੀ ਗਈ, ਤੁਸੀਂ ਗਏ ਸੀ। ਅਮੈਂਡਮੈਂਟ ਜਿਹੜੀ ਸੀ ਉਹ ਬੀਜੇਪੀ ਨੇ ਕੀਤੀ ਸੀ ਬਕਾਇਦਾ ਤੌਰ ਤੇ, ਇਹਦੇ ਵਿੱਚ ਵੀ ਸਹਿਜਧਾਰੀ ਨੂੰ ਵੋਟ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਜੀ, ਉਹ ਕੀਤੀ ਸੀ 2003 ਦੇ ਵਿੱਚ ਜੀ, ਤੇ ਉਦੋਂ ਉਹਨਾਂ ਨੇ ਸਿਰਫ ਇੱਕ ਆਰਡੀਨੈਂਸ ਜਾਰੀ ਕੀਤਾ ਸੀ, ਉਹਨੂੰ ਕਾਨੂੰਨ ਨਹੀਂ ਸੀ ਬਣਾਇਆ, ਬਿੱਲ ਨਹੀਂ ਸੀ ਲਿਆਂਦਾ ਉਹਦਾ ਜੀ। ਮੁੜ ਕੇ ਇਹਨਾਂ ਦੀ ਸਰਕਾਰ ਚਲੀ ਗਈ, ਮੁੜ ਕੇ ਕਿਸੇ ਗੌਰੇ ਨਹੀਂ ਕੀਤਾ, ਤੁਸੀਂ ਜਾ ਕੇ ਕੋਰਟ ਚਲੇ ਗਏ। 2011 ਦੇ ਵਿੱਚ ਦਸੰਬਰ ਚ ਹਾਈਕੋਰਟ ਨੇ ਤੁਹਾਡੇ ਹੱਕ ਚ ਫੈਸਲਾ ਦੇ ਦਿੱਤਾ ਜੀ, ਸੁਪਰੀਮ ਕੋਰਟ ਫਿਰ ਉਸ ਫੈਸਲੇ ਨੂੰ ਚੈਲੰਜ ਕਰਦੀ ਜਾ ਕੇ ਜੀ, ਸ਼੍ਰੋਮਣੀ ਕਮੇਟੀ ਸੁਪਰੀਮ ਕੋਰਟ ਚੈਲੰਜ ਕਰਦੀ ਜੀ, ਸੁਪਰੀਮ ਕੋਰਟ ਫਿਰ ਜਿਹੜਾ 2016 ਦੇ ਵਿੱਚ ਜਦੋਂ ਸਰਕਾਰ ਫਿਰ ਬੀਜੇਪੀ ਤੇ ਕਲ ਜਲਦੀ ਬਣ ਜਾਂਦੀ ਹੈ 14 ਦੇ ਵਿੱਚ,
ਜਿਹੜਾ 2003 ਦੇ ਵਿੱਚ ਆਰਡੀ ਨੇ ਜਾਰੀ ਕੀਤਾ ਸੀਗਾ, ਉਸੇ ਆਰਡੀ ਨੂੰ ਦੁਬਾਰਾ ਸੁਰਜੀਤ ਕਰਕੇ ਫਿਰ ਬਿੱਲ ਲੈ ਆਉਂਦੇ, ਉਹਦੇ ਵਿੱਚ ਅਮੈਂਡਮੈਂਟ ਕਰ ਦਿੰਦੇ ਆ ਐਕਟ ਦੇ ਵਿੱਚ ਵੀ ਸਹਿਕਾਰੀ ਨੂੰ ਵੋਟ ਦਾ ਅਧਿਕਾਰ ਨਹੀਂ। ਫਿਰ ਸੁਪਰੀਮ ਕੋਰਟ ਤੇ ਮੋਹਰ ਲਾ ਦਿੰਦੀ ਆ ਵੀ ਜਦੋਂ ਇਸ ਐਕਟ ਤਬਦੀਲੀ ਬਕਾਇਦਾ ਤੌਰ ਤੇ ਲੋਕ ਸਭਾ ਨੇ ਕਰ ਦਿੱਤੀ ਹੈ, ਇਹਨਾਂ ਦੀ ਕੈਬਨਿਟ ਨੇ ਕਰ ਦਿੱਤੀ ਹੈ, ਤੇ ਫਿਰ ਇਹਦੇ ਚ ਕੇਸ ਚਲਾਉਣ ਦਾ ਕੋਈ ਤੁੱਕ ਨਹੀਂ ਰਹਿ ਜਾਂਦੀ, ਇਸ ਕਰਕੇ ਜਿਹੜੀ ਇਹਨਾਂ ਸਹਿਚਾਰੀਆਂ ਦਾ ਅਧਿਕਾਰ ਜਿਹੜਾ ਵਾ ਉਹ ਖਤਮ ਕੀਤਾ ਅਧਿਕਾਰ ਉਹ ਅਸੀਂ ਖਤਮ ਕਰਦੇ ਹਾਂ ਜੀ। ਇਸ ਕਰਕੇ ਕੇਸ ਤਾਂ ਤੁਸੀਂ ਲੈ ਕੇ ਗਏ, ਤੁਸੀਂ ਇਹਨੂੰ ਕੇਸ ਤਾਂ ਖੜਦੇ ਹੋ, ਤੁਸੀਂ ਦਬਾਅ ਪਾਉਂਦੇ ਸਹਿਚਾਰੀ ਇਕੱਠੇ ਕਰਕੇ ਐਸ ਜੀ ਪੀ ਸੀ ਨੇ ਵੀ ਤੁਸੀਂ ਗਲਤ ਕਰ ਰਹੇ ਜੀ, ਫਿਰ ਤੇ ਗੱਲ ਬਣ ਜਾਂਦੀ। ਜੋ ਕੇਸ ਤੁਸੀਂ ਲੈ ਕੇ ਗਏ ਤੁਸੀਂ ਕਹਿੰਦੇ ਸ਼੍ਰੋਮਣੀ ਕਮੇਟੀ, ਸਗੋਂ ਤੁਹਾਨੂੰ ਤਾਂ ਫਿਰ ਕਰਾ ਦਿੱਤਾ ਜਾਣ ਚਾਹੀਦਾ ਕੇਸ ਤੋਂ ਲੈ ਕੇ ਗਏ। ਬਿਲਕੁਲ ਬਿਲਕੁਲ ਜੀ ਬਿਲਕੁਲ। ਇਸ ਕਰਕੇ ਉਹ ਐਵੇਂ ਅਮਰਿੰਦਰ ਰਾਣੂ ਸਾਹਿਬ ਜਿਹੜੇ ਹਨ ਉਹ ਏਦਾਂ ਹੀ ਕੰਮ ਚੱਲਦੇ ਉਹਨਾਂ ਦੇ ਜੀ, ਉਹ ਜਿਹੜੀ ਗੱਲ ਕਹਿੰਦੇ ਉਹ ਤਾਂ ਹੋ ਨਹੀਂ ਸਕਦੀ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪੱਟੀ ਸਾਹਿਬ, ਮਿਹਰਬਾਨੀ ਜੀ। ਸੋ ਇੱਕ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ, ਅਤੇ ਇਸ ਗੱਲਬਾਤ ਦੇ ਉੱਤੇ ਤੁਸੀਂ ਆਪਣੇ ਕਮੈਂਟ ਜ਼ਰੂਰ ਦੇਣਾ ਜੀ, ਉਡੀਕ ਰਹੇਗੀ। ਸੋ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਕੀ ਕੱਪੜਿਆਂ ਦੀ ਤੇ ਸ਼ਾਪਿੰਗ ਹੋਗੀ ਲਾਜਵਾਬ, ਪਰ ਜਿਵੈਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ ਏਸੀ ਜਿਵੈਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵਰਾਇਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜਿਵੈਲਰ ਸ਼ਟਲ ਵਿੱਚ ਹਰ ਹਫ਼ਤੇ ਨਵੀਂ ਸ਼ਿਪਮੈਂਟ ਆਉਂਦੀ ਹੈ, ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰੇਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੇਨਿਊ ਸਾਊਥ ਈਸਟ ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਜਾਂ